ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜਾਉਣ ਦੀ ਕੋਈ ਅਵਸਥਾ ਨਹੀਂ ਗਈ ਸਾਡੇ ਬੱਚਿਆਂ ਨੂੰ ਹਿੰਦੀ ਦੀਆਂ ਕਿਤਾਬਾਂ ਪੜ੍ਹ ਕੇ ਤੇ ਪੰਜਾਬੀ ਚ ਪੇਪਰ ਦੇਣੇ ਪੈਂਦੇ ਨੇ ਇੱਥੇ ਸਾਡੇ ਸਰਦਾਰਾਂ ਦਾ ਵੀ ਬੜਾ ਵੱਡਾ ਕਸੂਰ ਹੈ ਮੈਂ ਜਿਹੜੇ ਸਕੂਲ ਚ ਇੱਕ ਦੋ ਵਾਰ ਇੰਟਰੂ ਦੇਣ ਗਈ ਮੈਨੂੰ ਨਾ ਕਿਹਾ ਤਾ ਅੰਗਰੇਜ਼ੀ ਬੋਲੀ ਨਹੀਂ ਆਂਦੀ ਤਾ ਇੰਗਲਿਸ਼ ਬੋਲੀ ਨਹੀਂ ਆਂਦੀ ਮੈਂ ਮੈਂ ਪੰਜਾਬੀ ਟੀਚਰ ਲੱਗਣਾ ਸੀ ਪਰ ਮੈਨੂੰ ਹਾਜੀ ਤੱਕ ਮੇਰੇ ਕੋ ਦਰਦ ਆਉਂਦਾ ਜੋ ਮੈਨੂੰ ਮੈਨੂੰ ਕੇਵਲ ਅੱਖਾਂ ਚ ਰੋਣਾ ਆ ਜਾਂਦਾ ਕਿ ਇਹ ਗੱਲ ਕਹੀ ਉਹਨਾਂ ਨੇ ਮੈਨੂੰ ਕਿ ਤੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਦੇਖੋ ਜੀ ਇਹ ਨਾ ਕਿਸੇ ਨਾ ਕਿਸੇ ਸਾਜ਼ਿਸ਼ ਦੇ ਤਹਿਤ ਇਹ ਚੰਡੀਗੜ੍ਹ ਦੇ ਵਿੱਚੋਂ ਪੰਜਾਬੀ ਨੂੰ ਖਤਮ ਕੀਤਾ ਗਿਆ ਦੇ ਕੋਈ ਕਿਤੇ ਨਾ ਕਿਤੇ ਜੀ ਜਿਵੇਂ ਹੁਣ ਕਾਂਗਰਸ ਸੀਗੀ ਜਿਆਦਾ ਦੇਰ ਕਾਂਗਰਸ ਨੇ ਰਾਜ ਕੀਤਾ ਪਰ ਉਹ ਕਾਂਗਰਸ ਨੇ ਹੀ ਕੀਤੇ ਨੇ ਕਿਤੇ ਸਾਡੀ ਮਾਂ ਬੋਲੀ ਨੂੰ ਉਹਨਾਂ ਗੋਲੇ ਵੀ ਕਰਿਆ ਅੱਜ ਕਾਂਗਰਸ ਦੀ ਸਥਿਤੀ ਕੀ ਹੈ ਪੰਜਾਬੀ ਮਾਂ ਬੋਲੀ ਦਾ ਜਿੰਨਾ ਉਹਨਾਂ ਨੇ ਕਾਹਨ ਕੀਤਾ ਅੱਜ ਉਹਨਾਂ ਦਾ ਕੀ ਹਾਲ ਹੈ ਜਦੋਂ ਕੰਪਿਊਟਰ ਸਿਸਟਮ ਸ਼ੁਰੂ ਹੋਇਆ ਚੰਡੀਗੜ੍ਹ ਪੁਲਿਸ ਦਾ ਤੇ ਕੰਪਿਊਟਰ ਵਿੱਚ ਸਿਰਫ ਦੋ ਲੈਂਗੁਏਜ ਜਿਹੜੀਆਂ ਨੇ ਉਹ ਪ੍ਰੋਗਰਾਮ ਚ ਉਹਨਾਂ ਨੇ ਫੀਡ ਕੀਤੀਆਂ ਇੱਕ ਅੰਗਰੇਜ਼ੀ ਇੱਕ ਹਿੰਦੀ ਕੋਈ ਮੁੰਚੀ ਹੈ ਕੋਈ ਠਾਣੇਦਾਰ ਹੈ ਕੋਈ ਐਸਐਚਓ ਹੈ ਉਹ ਪੰਜਾਬੀ ਚ ਨਾ ਤੇ ਐਫ ਆਈ ਆਰ ਦਰਜ ਕਰ ਸਕਦਾ ਨਾ ਡੀ ਡੀ ਆਰ ਦਰਜ ਕਰ ਸਕਦਾ ਨਾ ਆਪਣੇ ਅਫਸਰ ਨੂੰ ਪੰਜਾਬੀ ਚ ਲਿਖ ਤੇ ਦੇ ਸਕਦਾ ਇਹ ਗੈਰ ਕਾਨੂੰਨੀ ਕੰਮ ਨਹੀਂ ਹੈ ਇਹੋ ਸਭ ਦਾ ਚ ਬਾਈ ਭਾਸ਼ਾ ਨੇ ਉੱਚ ਅੰਗਰੇਜ਼ੀ ਹੈ ਨੀ ਉੱਚ ਅੰਗਰੇਜ਼ੀ ਹੋ ਨਹੀਂ ਹੈ ਇੱਕ ਸਭ ਤੋਂ ਵੱਡਾ ਗੈਰ ਕਾਨੂੰਨੀ ਹੈ ਵਿੱਚ ਸਾਰੇ ਪੂਰੇ ਦੇਸ਼ ਚ ਜਿੱਥੇ ਚਾਹੇ ਭਾਰਤ ਚ ਇੱਕ ਹੀ ਚੰਡੀਗੜ੍ਹ ਹੈ ਜਿੱਥੇ ਸਰਕਾਰੀ ਇਹ ਸਭ ਤੋਂ ਵੱਡਾ ਗੈਰ ਕਾਨੂੰਨੀ ਹੈ ਪਾਵੇਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਥੋੜੇ ਰਹਿ ਗਏ ਪਰ ਪੰਜਾਬ ਤਾਂ ਹਲੇ ਪੂਰੇ ਤਾਂ ਪੂਰਾ ਪਿਆ ਹੈ ਨਾ ਜਦੋਂ ਪੰਜਾਬ ਦੇ ਵਿੱਚ ਪੰਜਾਬ ਤਾਂ ਬੋਲਦਾ ਹੀ ਨਹੀਂ ਬੋਲੂਗਾ ਇੱਕ ਨ ਇੱਕ ਦਿਨ ਜਰੂਰ ਬੋਲੂਗਾ ਜਦੋਂ ਉਸ ਪੰਜਾਬ ਸਰਕਾਰ ਤੁਹਾਡੇ ਹੱਕ ਤੇ ਬੋਲੀਏ ਜਦੋਂ ਕੋਈ ਜੂੰਦੀ ਜਾਗਦੀ ਜ਼ਮੀਰ ਵਾਲਾ ਪੰਜਾਬੀ ਚੰਡੀਗੜ੍ਹ ਦੀ ਗੱਲ ਕਰਦਾ ਤੇ ਉਹਦੀਆਂ ਅੱਖਾਂ ਅੱਗੇ ਇੱਕ ਫਿਲਮ ਦੀ ਘੁੰਮਦੀ ਹੈ ਕਿ ਚੰਡੀਗੜ੍ਹ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਕੀ ਦਿੱਤਾ ਤੇ ਕੀ ਖੋਇਆ ਅੱਜ ਦੀ ਚਰਚਾ ਅਹਿਮ ਹੈ ਕਿਉਂਕਿ ਪੰਜਾਬੀ ਦੀ ਆਵਾਜ਼ بلند ਕਰਨ ਵਾਲੇ ਵੀ ਬਹੁਤ ਨੇ ਔਰ ਪੰਜਾਬੀ ਨੂੰ ਨੁਕਰੇ ਲਾਉਣ ਵਾਲਿਆਂ ਦੇ ਵੀ ਕਮੀ ਨਹੀਂ ਗਈ ਜਦੋਂ ਸਰਕਾਰਾਂ ਹੀ ਐਦਾਂ ਦਾ ਰਵਈਆ ਅਖਤਿਆਰ ਕਰਨ ਕਿਸੇ ਦੀ ਮਾਂ ਬੋਲੀ ਬਾਰੇ ਤੇ ਫਿਰ ਉਸ ਮਾਂ ਬੋਲੀ ਦਾ ਬਣੇਗਾ ਕੀ ਇਦੇ ਤੇ ਚਰਚਾ ਕਰਾਂਗੇ ਅਸੀਂ ਅੱਜ ਤਿੰਨ ਉਹ ਸ਼ਖਸੀਅਤਾਂ ਬੁਲਾਈਆਂ ਨੇ ਮੈਂ ਤੇ ਕਹੂੰਗਾ ਮਾਂ ਬੋਲੀ ਦੇ ਰਖਵਾਲੇ ਉਹਨਾਂ ਵਿੱਚੋਂ ਨੇ ਇੱਕ ਸੁਖਜੀਤ ਸਿੰਘ ਸੁਖਾ ਜਿਹੜੇ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਗੁਰਪ੍ਰੀਤ ਸੋਮਲ ਦੀ ਜਿਹੜੇ ਸਕੱਤਰ ਨੇ ਤੇ ਇੱਕ ਨਵੀਂ ਸ਼ਖਸੀਅਤ ਅਸੀਂ ਬੁਲਾਈ ਹੈ ਜਿਹੜੇ ਕਾਰਮਲ ਕਾਮਨ ਸਕੂਲ ਸੈਕਟਰ 9 ਦੇ ਅਧਿਆਪਕ ਨੇ ਹਰਪਾਖ ਕੌਰ ਨਾਮ ਕਿਹਾ ਜਾਂਦਾ ਵੀ ਕਾਨਵੈਂਟ ਸਕੂਲਾਂ ਚ ਪੰਜਾਬੀ ਭਾਸ਼ਾ ਨੂੰ ਮਾਰਿਆ ਜਾਂਦਾ ਪਰ ਤੁਹਾਨੂੰ ਅੱਜ ਦੱਸਾਂਗੇ ਵੀ ਕਾਨਵੈਂਟ ਸਕੂਲ ਇੱਕ ਇਦਾਂ ਦਾ ਚੰਡੀਗੜ੍ਹ ਜਿਹੜਾ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰ ਰਿਹਾ ਸਾਰਿਆਂ ਦਾ ਜੀ ਆਇਆਂ ਜੀ ਸੁਖਜੀਤ ਜੀ ਸਭ ਤੋਂ ਪਹਿਲਾਂ ਤੁਹਾਡੇ ਆ ਲਮਨੇ ਆ ਤੁਹਾਡੇ ਨਾਰਿਆਂ ਦਾ ਦਰਦ ਤੁਹਾਡੇ ਭਾਸ਼ਣਾ ਦਾ ਦਰਦ ਕਈ ਵਾਰੀ ਆਪਣੇ ਕੰਨੀਆਂ ਮੈਂ ਸੁਣਿਆ ਤੁਸੀਂ ਮੈਨੂੰ ਇਹ ਦੱਸੋ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਨ ਲਈ ਤੁਹਾਡੇ ਪਹਿਲਾਂ 28 ਪੰਜਾਬੀ ਪਿੰਡ ਉਜਾੜੇ ਤੁਹਾਡੇ ਖੇਤ ਉਜਾੜੇ ਤੁਹਾਡਾ ਖੇਤੀਬਾੜੀ ਦਾ ਧੰਦਾ ਖੋលਿਆ ਤੁਹਾਡੀ ਮਾਂ ਬੋਲੀ 1 ਨਵੰਬਰ 1966 ਨੂੰ ਖੋਲੀ ਤੁਹਾਡਾ ਸੱਭਿਆਚਾਰ ਖੋਲਿਆ ਤੁਹਾਡਾ ਸਿਆਸੀ ਪੇੜ ਵੀ ਖੋਲਿਆ ਤੇ ਸਾਰੇ ਖੋਨ ਤੋਂ ਬਾਅਦ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਦਿੱਤਾ ਹੁਣ ਕੀ ਆਸ ਹੈ ਤੁਹਾਨੂੰ ਤੁਸੀਂ ਅਕਸਰ ਨਾਰੇ ਲਾਉਂਦੇ ਜੇ ਚੰਡੀਗੜ੍ਹ ਦੀਆਂ ਸੜਕਾਂ ਤੇ ਸੁਣਦਾ ਤੇ ਕੋਈ ਹੈ ਨਹੀਂ 1 ਨਵੰਬਰ 1966 ਤੋਂ ਲੈ ਕੇ ਅੱਜ ਤੱਕ ਤੇ ਕਿਸੇ ਨੇ ਸੁਣੀ ਨਹੀਂ ਹੁਣ ਕੀ ਜੁਗਤ ਹੈ ਕੀ ਢੰਗ ਹੈ ਕੀ ਤੁਹਾਡੇ ਕੋਲ ਹਥਿਆਰ ਹੈ ਵੀ ਤੁਹਾਡੀ ਮਾਂ ਬੋਲੀ ਇੱਥੇ ਬਚ ਸਕਦੀ ਹੈ ਦੇਖੋ ਸਾਡੇ ਕੋਲ ਹਥਿਆਰ ਹੈ ਜਨਤਾ ਜਾਗੂਗੀ ਜੀ ਔਰ ਜਾਗ ਰਹੀ ਹੈ ਜਿਵੇਂ ਕਿਸਾਨੀ ਅੰਦੋਲਨ ਹੈ ਇੱਕ ਵਾਰੀ ਲੋਕ ਲਹਿਰ ਬਣੀ ਹੈ ਇਹ ਲੋਕ ਲਹਿਰ ਜਰੂਰ ਬਣਨੀ ਕਿਉਂਕਿ ਪੰਜਾਬੀ ਕਿਤੇ ਨਾ ਕਿਤੇ ਉਹ ਆਪਣੀ ਮਾਂ ਬੋਲੀ ਨਾਲ ਜੁੜਿਆ ਹੈ ਸਾਡਾ ਹੀ ਹੈ ਠੀਕ ਹੈ ਸਰਕਾਰਾਂ ਨਹੀਂ ਸੁਣ ਰਹੀਆਂ NH68 ਤੋਂ ਲੈ ਕੇ ਜਿਵੇਂ ਤੁਸੀਂ ਗੱਲ ਕਰੀਏ ਵੀ ਹੱਦ ਤੱਕ ਸੁਣਾਈ ਨਹੀਂ ਹੋਈ ਸਾਡੀ ਸੁਣੀ ਨਹੀਂ ਗਈ ਪਰ ਸਰਕਾਰਾਂ ਦੀ ਨਲਾਕੀ ਕਹਿ ਲੋ ਚਾਹੇ ਪੰਜਾਬ ਸਰਕਾਰਾਂ ਦੀ ਨਲਾਕੀ ਕਹਿ ਲੋ ਜਿਨ੍ਹਾਂ ਨੇ ਕਦੇ ਵੀ ਚੰਡੀਗੜ੍ਹ ਦੀ ਸਾਰ ਨਹੀਂ ਲਈ ਪਰ ਆਉਣ ਵਾਲਾ ਸਮਾਂ ਸਾਨੂੰ ਦਿਖਦਾ ਹੈ ਕਿਉਂਕਿ ਕਿਤੇ ਨਾ ਕਿਤੇ ਹਰ ਅੰਦਰ ਪੰਜਾਬੀ ਦਾ ਦਰਦ ਉੱਠਦਾ ਹੈ ਜਦੋਂ ਆਪਣੀ ਹੋਂਦ ਵੱਲ ਦੇਖਦਾ ਹੈ ਆਪਣੇ ਸੱਭਿਆਚਾਰ ਵੱਲ ਦੇਖਦਾ ਹੈ ਇਸ ਧਰਤੀ ਵੱਲ ਦੇਖਦਾ ਹੈ ਵੀ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਰਾਸਥਾਨੀ ਕਿਤੇ ਨਾ ਕਿਤੇ ਦਰਦ ਉੱਠਦਾ ਹੈ ਇੱਕ ਦਿਨ ਆਊਗਾ ਜੀ ਇਹ ਲੋਕ ਲਹਿਰ ਤੁਸੀਂ ਦੇਖਿਓ ਐਡੀ ਵੱਡੀ ਬਣਨੀ ਹੈ ਵੀ ਜਿਹੜਾ ਚੰਡੀਗੜ੍ਹ ਹੈ ਅੱਜ ਪੰਜਾਬ ਦਾ ਇਹ ਸਿਰ ਹੈ ਕਹਿ ਲਓ ਪਰ ਉਹ ਨਜ਼ਰ ਨਹੀਂ ਆ ਰਿਹਾ ਪਰ ਨਜ਼ਰ ਆਊਗਾ ਸਾਡੀ ਉਮੀਦ ਹੈ ਜੀ ਸੋਸਾਇਟੀ ਆਮ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਕਾਰਪੋਰੇਸ਼ਨ ਦੀ ਹੋਵੇ ਉਹ ਪਾਰਲੀਮੈਂਟ ਦੀ ਇਲੈਕਸ਼ਨ ਹੋਵੇ ਤੇ ਉਦੋਂ ਫਿਰ ਦੇਖੀਦਾ ਵੀ ਪੰਜਾਬੀ ਕਾਂਗਰਸ ਚ ਭਾਰਤੀ ਜਨਤਾ ਪਾਰਟੀ ਚ ਆਮ ਆਦਮੀ ਪਾਰਟੀ ਜਾਂ ਜਿਹੜੀ ਹੋਰ ਕੋਈ ਚੌਥੀ ਪੰਜਵੀਂ ਪਾਰਟੀਆਂ ਦੀ ਉਹਦੇ ਚ ਵੰਡੇ ਜਾਂਦੇ ਨੇ ਔਰ ਐਮਪੀ ਕੌਂਸਲਰ ਜਿਹੜੇ ਨੇ ਉਹ ਪੰਜਾਬੀ ਵਿਰੋਧੀ ਮੈਂ ਤਾਂ ਕਹੂੰਗਾ ਗੱਲ ਕਰਕੇ ਹੀ ਚੁਣੇ ਜਾਂਦੇ ਨੇ ਜਦੋਂ ਪੇੜੀ ਤੁਹਾਡਾ ਖਤਮ ਹੋ ਗਿਆ ਜਦੋਂ ਜਦੋਂ ਐਕਚੁਅਲੀ ਦਾ ਇਲੈਕਸ਼ਨਾਂ 'ਚ ਗੱਲ ਹੁੰਦੀ ਨੇ ਜਦੋਂ ਇਲੈਕਸ਼ਨਾਂ 'ਚ ਆਵਾਜ਼ ਹੀ ਨਹੀਂ ਠਿਊਗੂ ਤੇ ਫਿਰ ਮਾਂ ਬੋਲੀ ਕਿਵੇਂ ਤੁਹਾਡੇ ਪੱਲੇ ਪਊਗੀ ਦੇਖੋ ਇਹ ਕਿਤੇ ਨਾ ਕਿਤੇ ਜੀ ਜਿਵੇਂ ਹੁਣ ਕਾਂਗਰਸ ਸੀਗੀ ਜਿਆਦਾ ਦੇਰ ਕਾਂਗਰਸ ਨੇ ਰਾਜ ਕੀਤਾ ਪਰ ਉਹ ਕਾਂਗਰਸ ਨੇ ਹੀ ਕਿਤੇ ਨਾ ਕਿਤੇ ਸਾਡੀ ਮਾਂ ਬੋਲੀ ਨੂੰ ਅਣਗੋਲੇ ਵੀ ਕਰਿਆ ਅੱਜ ਕਾਂਗਰਸ ਦੀ ਸਥਿਤੀ ਕੀ ਹੈ ਮੈਂ ਤਾਂ ਇਹ ਇਹ ਕਹਿ ਲਓ ਵੀ ਅਸੀਂ ਤਾਂ ਪੰਜਾਬੀ ਆ ਸਾਡੀ ਅੰਦਰੋਂ ਆਵਾਜ਼ ਆ ਵੀ ਜੇ ਲੋਕ ਜਾਗਣ ਰਾਜਨੀਤਿਕ ਪਾਰਟੀਆਂ ਉਹ ਕਾਂਗਰਸ ਦਾ ਹਾਲ ਦੇਖਣ ਪੰਜਾਬੀ ਮਾਂ ਬੋਲੀ ਦਾ ਜਿੰਨਾ ਉਹਨਾਂ ਨੇ ਕਹਣ ਕੀਤਾ ਅੱਜ ਉਹਨਾਂ ਦਾ ਕੀ ਹਾਲ ਹੈ ਅੱਜ ਉਹਨਾਂ ਦਾ ਆਪਣਾ ਆਪਣੀ ਸਿਆਸੀ ਜਿਹੜੀ ਕਹਿ ਲਓ ਵੀ ਗਰਾਊਂਡ ਤੇ ਲਸਣਾ ਪੈ ਰਿਹਾ ਜਿਵੇਂ ਸਾਨੂੰ ਪੰਜਾਬੀ ਤੇ ਲਸਣੀ ਪੈ ਰਹੀ ਹੈ ਚੰਡੀਗੜ੍ਹ 'ਚ ਅੱਜ ਉਹਨਾਂ ਨੂੰ ਵੀ ਆਪਣਾ ਗਰਾਊਂਡ ਤਲਾਸ਼ਣਾ ਪੈ ਰਿਹਾ ਕਿਉਂਕਿ ਉਹਨਾਂ ਨੇ ਕਦੇ ਪੰਜਾਬੀਆਂ ਦੀ ਕਿਉਂਕਿ ਜ਼ਿਆਦਾਤਰ ਰਾਏ ਪੰਜਾਬੀਆਂ ਦੀ ਆ ਲੱਗੀ ਹੈ ਕਿ ਤੇ ਇਹ ਮੈਂ ਵਾਰਨਿੰਗ ਕਰਨਾ ਚਾਹੁੰਦਾ ਬਾਕੀ ਪਾਰਟੀਆਂ ਨੂੰ ਵੀ ਵੀ ਦੇਖਿਓ ਤੁਸੀਂ ਜੇ ਆਪਣੇ ਆਪ ਨੂੰ ਬਚਾਉਣਾ ਹੈ ਜੇ ਆਪਣੇ ਕਿਤੇ ਆ ਤੁਹਾਡਾ ਕਾਂਗਰਸ ਵਾਲੇ ਤੋਂ ਵੀ ਵੱਧ ਆ ਮਾਣ ਕਿਉਂਕਿ ਤੁਸੀਂ ਤਾਂ ਜੇ ਨਵੀਆਂ ਨਵੀਆਂ ਆਓ ਹਮਮ ਅਇਆ ਤਾਂ ਤੁਸੀਂ ਉਭਰੀਆਂ ਹੋ ਚਾਹੇ ਬੀਜੇਪੀ ਕਹ ਲਓ ਹੁਣ 5-10 ਸਾਲ ਤੋਂ ਹੀ ਜਿਆਦਾ ਹੋਣ ਚਾਹੀਏ ਤੇ ਆਪ ਹੁਣ ਆਈਏ ਇਹ ਤਾਂ ਲਾ ਲਓ ਵੀ ਹੁਣੇ ਹੋਣ ਚਾਹੀਏ ਪਰ ਇਹਨਾਂ ਨੂੰ ਅੱਜ ਜੇ ਅਸੀਂ ਵਾਰਨਿੰਗ ਕਰਨਾ ਚਾਹੁੰਦੇ ਜੇ ਸਾਡੇ ਨਾਲ ਪੰਜਾਬੀ ਮਾਂ ਬੋਲੀ ਜਿਹੜੀ ਸਾਡੀ ਗੁਰੂਆਂ ਦੀ ਬੋਲੀ ਹੈ ਜਿਹਨੂੰ ਗੁਰਮੁਖੀ ਕਿਹਾ ਜਾਂਦਾ ਸਾਡੇ ਬਾਬੇ ਨਾਨਕ ਦੀ ਮੁਕਤੀ ਬੋਲੀ ਹੈ ਬਾਬੇ ਫਰੀਦ ਦੀ ਬੋਲੀ ਹੈ ਜਿਹਨੂੰ ਤੁਸੀਂ ਚੰਡੀਗੜ੍ਹ 'ਚ ਖਤਮ ਕੀਤਾ ਤੁਸੀਂ ਇਹ ਪੰਜਾਬ 'ਚ ਵੀ ਇਹਨੂੰ ਕਦੇ ਮਿਲਿਆ ਨਹੀਂ ਸਾਡੇ ਦਾ ਦਿਲ ਦੀ ਆਵਾਜ਼ ਹੈ ਜੀ ਇਹ ਕਹ ਲਓ ਵੀ ਬਜ਼ੁਰਗਾਂ ਦੀ ਆਵਾਜ਼ ਹੁੰਦੀ ਹੈ ਦੁਰ ਅਸੀਸ ਲੱਗੀ ਹੈ ਕਾਂਗਰਸ ਨੋ ਦੇ ਕਿ ਦੇ ਕਾਂਗਰਸ ਤੋਂ ਮਾੜਾ ਹਾਲ ਤੁਹਾਡਾ ਨਾ ਹੋ ਜਾਏ ਮੈਡਮ ਹਰ ਭਾਗ ਹਾਲ ਚੱਲਦੇ ਮੈਡਮ ਆਮ ਕੌਮਨ ਸਕੂਲਾਂ ਚ ਕਿਹਾ ਜਾਂਦਾ ਵੀ ਜਿਹੜਾ ਬੱਚਾ ਪੰਜਾਬੀ ਬੋਲਦਾ ਤੇ ਉਹਨੂੰ ਉਹਦੀ ਸਜ਼ਾ ਮਿਲਦੀ ਉਹਨੂੰ ਜੁਰਮਾਨਾ ਲੱਗਦਾ ਹੈ ਪਰ ਜਿਵੇਂ ਜਿਹੜੇ ਸਕੂਲ ਚ ਤੁਸੀਂ ਪੜਾਉਂਦੇ ਜੇ ਪੰਜਾਬੀ ਪੜਾਉਂਦੇ ਜੇ ਉੱਥੇ ਪੰਜਾਬੀ ਨੂੰ ਕਿਵੇਂ ਮਾਨਤਾ ਮਿਲ ਗਈ ਥੋੜਾ ਇਹ ਡਿਟੇਲ ਦੱਸੋ ਪੰਜਾਬੀ ਨੂੰ ਜਦੋਂ ਮੈਂ ਗਈ ਸੀ ਸਕੂਲ ਵਿੱਚ ਤੁਸੀਂ ਕਦੋਂ ਜੁਆਇਨ ਕੀਤਾ ਮੈਂ 1999 ਵਿੱਚ ਜੁਆਇਨ ਕੀਤਾ ਸੀਗਾ ਤੇ 3-4 ਸਾਲ ਤੱਕ ਤੇ 8ਵੀਂ ਤੱਕ ਸੀ ਪੰਜਾਬੀ ਉਸ ਤੋਂ ਬਾਅਦ ਨਹੀਂ ਸੀ 3-4 ਸਾਲ ਤੱਕ ਚੱਲਦਾ ਰਿਹਾ ਪਰ ਬੱਚੇ ਬੜੇ ਮੈਨੂੰ ਪਿਆਰ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਅਸੀਂ ਨਾਈਨth ਪੰਜਾਬੀ ਕਰਨਾ ਚਾਹੁੰਦੇ ਆ ਨਹੀਂ ਚੰਡੀਗੜ੍ਹ ਦੇ ਬੱਚੇ ਤੇ ਬੇਮੁਖ ਦੀ ਨੇ ਮਾਂ ਪੰਜਾਬੀ ਨਾ ਮੇਰੇ ਬੱਚੇ ਤੇ ਬੜੇ ਹੀ ਪਿਆਰ ਵਾਲੀ ਸਕੂਲ ਚ ਨਾ ਸੱਚ ਕਹਿ ਰਹੇ ਹੋ ਮੈਨੂੰ ਮੈਂ ਮੈਨੂੰ ਲੱਗਦਾ ਕਿ ਮੈਂ ਬਹੁਤ ਹੀ ਕਿਸਮਤ ਵਾਲੀਆਂ ਕਿ ਮੈਂ ਉਹ ਸਕੂਲ ਚ ਗਈ ਆ इवन ਪ੍ਰਿੰਸੀਪਲ ਟੀਚਰ ਸਾਰੇ ਬੜੇ ਅੱਛੇ ਮੀਮ ਮੇਰੇ ਸਾਡੇ ਸਕੂਲ ਅਗਰ ਕੋਈ ਪ੍ਰੋਗਰਾਮ ਹੁੰਦਾ ਉਹ ਚ ਅਗਰ ਪੰਜਾਬੀ ਦਾ ਪ੍ਰੋਗਰਾਮ ਨੂੰ ਆਇਆ ਤੇ ਮਤਲਬ ਕੁਝ ਨਹੀਂ ਮੈਨੂੰ ਯਾਦ ਹੈ ਕਰੀ ਮੈਂ ਬਤੌਰ ਜੱਜ ਗਿਆ ਪੰਜਾਬੀ ਦਾ ਪ੍ਰੋਗਰਾਮ ਸੀ ਕਮਾਲ ਸੀ ਮੈਨੂੰ ਲੱਗਦਾ ਹੈ ਵੀ ਇਹ ਕਿ ਪੰਜਾਬ ਦਾ ਬੜਾ ਘਾਗ ਸਕੂਲ ਹੈ ਬਹੁਤ ਅੱਛਾ ਈਵਨ ਮਤਲਬ ਇੰਗਲਿਸ਼ ਟੀਚਰ ਵੀ ਪੰਜਾਬੀ ਚ ਪਲੇ ਕਰਨਾ ਚਾਹੁੰਦੀ ਹੈ ਜਦੋਂ ਅਸੀਂ ਚਿਲਡਰਨ ਦੇ ਦੇ ਪ੍ਰੋਗਰਾਮ ਕਰਾਣੇ ਆ ਤਾਂ ਮੈਂ ਦਿਖਾਉਂਗੀ ਫੋਟੋ ਮੇਰੇ ਕੋ ਪਈਆਂ ਛੋਟੇ ਛੋਟੇ ਜੂੜੇ ਕਰ ਕਰਕੇ ਮਤਲਬ ਇੰਜੋਏ ਕਰਦੇ ਉੱਥੇ ਲੋ ਪੰਜਾਬੀ ਨੂੰ ਹਾਂ ਫਿਰ ਮੈਂ 99 ਚ ਜੁਆਇਨ ਕੀਤਾ ਜਦ ਤੇ 8ਵੀਂ ਤੱਕ ਸੀ ਗਈ ਫਿਰ ਬੱਚੇ ਕਹਿੰਦੇ ਕਿ ਅਸੀਂ ਨਾ ਹੀ ਤਿੰਨ ਪੰਜਾਬੀ ਕਰਨੀ ਅਸੀਂ ਹਿੰਦੀ ਨਹੀਂ ਪੜ੍ਹਨੀ ਬੜਾ ਉਹਨਾਂ ਫਿਰ ਪ੍ਰਿੰਸੀਪਲ ਕੋ ਗਏ ਫਿਰ ਮੈਂ ਪ੍ਰਿੰਸੀਪਲ ਕੋ ਗਈ ਫਿਰ ਮੈਂ ਸਮਝਾਇਆ ਕਿ ਸਾਡੀ ਮਦਰ ਟੰਗ ਹੈ ਤੇ ਬੱਚਿਆਂ ਨੂੰ ਪਸੰਦ ਹੈ ਔਰ ਬੱਚੇ ਕਰਨਾ ਚਾਹੁੰਦੇ ਆ ਪਰ ਮੈਂ ਉਸ ਪ੍ਰਿੰਸੀਪਲ ਦਾ ਵੀ ਥੈਂਕ ਯੂ ਕਰੂੰਗੀ ਉਸੇ ਲਈ ਮੰਨੇਗੀ ਔਰ ਉਹਨੇ ਇਹ ਕਿਹਾ ਕਿ ਕੌਂਡਨਰ ਸਕੂਲ ਦੇ ਤੇ ਪ੍ਰਿੰਸੀਪਲ ਕਹਿੰਦੇ ਵੀ ਜੇ ਪੰਜਾਬੀ ਆ ਗਈ ਤੇ ਸਾਡਾ ਸਟੇਟਸ ਡਾਊਨ ਹੋ ਜਾਊਗਾ ਬਹੁਤ ਹੀ ਅੱਛੇ ਉਹ ਸਕੂਲ ਕਾਰਮਲ ਕੌਂਡਨਰ ਦੇ ਪ੍ਰਿੰਸੀਪਲ ਪਹਿਲੇ ਜਿੰਨੇ ਮੈਨੂੰ ਜੁਆਇਨ ਕੀਤਾ ਜਿੰਨੇ ਸ਼ੁਰੂ ਕਰਵਾਈ ਉਹ ਸਿਸਟਮ ਮਰੀਆ ਕ੍ਰਿਸਟੀ ਹੁੰਦੇ ਉਹ ਤੋਂ ਬਾਅਦ ਦੋ ਤਿੰਨ ਚੇਂਜ ਹੋ ਗਈਆਂ ਪ੍ਰਿੰਸੀਪਲ ਤੇ ਫਿਰ ਉਹ ਕਹਿੰਦੇ ਠੀਕ ਹੈ ਪਰ ਤੇ ਤੇ ਬਰਡਨ ਵਧੂਗਾ ओके 29103 ਲਏਗੀ ਤੇ ਬਾਕੀ ਕਲਾਸਾਂ ਵੀ ਲੈਂਗੀ ਤੂੰ ਰੈਡੀ ਹੈ ਹਾਂ ਹਾਂ ਤੋ ਇਹ ਬੱਡਨ ਲੈਣ ਨੂੰ ਰੈਡੀ ਆ ਮੈਂ ਕਹੇ ਜੈ ਸਿਸਟਰ ਮੈਂ ਰੈਡੀ ਹਾਂ ਪਰ ਆਪ ਤੇ ਅਧਿਆਪਕ ਹੁੰਦੇ ਵੀ ਮੈਨੂੰ ਮੇਰੇ ਪੀਰੀਅਡ ਘਟਾਓ ਤੁਸੀਂ ਕਿਵੇਂ ਕਰਦੇ ਨਹੀਂ ਮੇਰੇ ਪੀਰੀਅਡ ਵੱਧ ਗਏ ਉਸ ਤੋਂ ਬਾਅਦ ਮੇਰੇ ਹਜ ਤੱਕ ਵਧੇ ਹੀ ਹੋਏ ਆ ਮੈਂ ਪੀਰੀਅਡ ਮੇਰੇ 9 ਦਿਨ ਲੱਗਦਾ ਫਿਰ ਅਸੀਂ ਕੀ ਕੀਤਾ ਕਿ 6 7 8 ਵਿੱਚ 3 3 ਕਰਤੇ ਇੱਕ ਹਫਤੇ ਦੇ ਵਿੱਚ ਪਰ ਨਾਲ ਹੀ 10 ਵਿੱਚ ਫਿਰ 6 ਡੇਜ਼ ਲਗਾਤਾਰ ਪੀਰੀਅਡ ਹੁੰਦੇ ਰੋਹਰ ਰੋਜ਼ ਹੁੰਦਾ ਹਾਂ ਬੋਝ ਹੈ ਬਹੁਤ ਸਾਰੇ ਮੈਂ ਪੇਪਰ ਚੈੱਕ ਕਰਦੀ ਆ ਪਰ ਪਤਾ ਨਹੀਂ ਮੈਨੂੰ ਲੱਗਦਾ ਕੋਈ ਸ਼ਕਤੀ ਹੈ ਪਰ ਮਾਂ ਬੋਲੀ ਦੀ ਸ਼ਕਤੀ ਹੈ ਮੈਨੂੰ ਇਹ ਨਹੀਂ ਸਕਦਾ ਉਹ ਕਹਿੰਦਾ ਜਿਨ ਪ੍ਰੇਮ ਕਿਓ ਤੈਨਹੀ ਪ੍ਰਾਪਾਇਓ ਮੈਂ ਤਾਂ ਬਸ ਉਥੇ ਪ੍ਰੇਮ ਦੇ ਫਾਰਮੂਲੇ ਚੱਲਦੇ ਕਿ ਹਰ ਬੱਚਾ ਜਿਹੜਾ ਹੈ ਨਾ ਉਹ ਮੈਨੂੰ ਪ੍ਰੇਮ ਕਰਦਾ ਔਰ ਮੈਂ ਮੈਂ ਕਦੀ ਬਹੁਤ ਸਮਝਿਆ ਹੀ ਨਹੀਂ ਇਹਨੂੰ ਬੱਚੇ ਕਹਿੰਦੇ ਗਿੱਧਾ ਕਰਾਣਾ ਕਿ ਚਲੋ ਜੀ ਮੈਨੂੰ એનર્ਜੀ ਮਿਲਦੀ ਹੈ ਮੈਨੂੰ ਉਸ ਤੋਂ ਮੈਨੂੰ ਪੜਾਣਾ ਕਦੀ ਬੋਝ ਲੱਗਿਆ ਹੀ ਨਹੀਂ ਪਰ ਬੜੀ ਅਨਹੋਣੀ ਗੱਲ ਲੱਗਦੀ ਹੈ ਵੀ ਪੰਜਾਬੀ ਦੀ ਅਧਿਆਪਕ ਨਾਲ ਚੰਡੀਗੜ੍ਹ ਦੇ ਜਿਹੜੇ ਮਾਡਰਨ ਬੱਚੇ ਨੇ ਉਹ ਪਿਆਰ ਕਰਦੇ ਬਹੁਤ ਜ਼ਿਆਦਾ ਮਰਲੇ ਪੰਜਾਬੀ ਲੜਾਈ ਕਰਦੇ ਆ ਮਾਂ ਪਿਓ ਨਾਲ ਕਿ ਅਸੀਂ ਪੰਜਾਬੀ ਲੈਣੀ ਸਾਊਥ ਦੇ ਬੱਚੇ ਮੇਰੇ ਕੋਲ ਆਇਆ ਤਾਂ ਮੈਂ ਫੋਟੋ ਵੀ ਦਿਖਾਦੀ ਹਾਂ ਟਾਈਮਜ਼ ਆਫ ਇੰਡੀਆ ਚ ਮੇਰਾ ਆਰਟੀਕਲ ਹੈ ਅਫਗਾਨਿਸਤਾਨ ਦੀ ਕੁੜੀ ਅਫਗਾਨਿਸਤਾਨ ਤੋਂ ਇੱਥੇ ਆਂਦੀ ਆ ਚਾਈਸ ਉਹ ਕਹਿੰਦੀ ਕਿ ਮੈਂ ਤੇ ਪੰਜਾਬੀ ਹੀ ਲੈਣੀ ਫਿਰ ਉਹ ਪੰਗੜੇ ਦੀ ਕੈਪਟਨ ਬਣੀ ਅਫਗਾਨਿਸਤਾਨ ਦੀ ਕੁੜੀ ਕਮਾਲ ਹੈ ਹਾਂ ਔਰ ਮੈਨੂੰ ਉਹ ਉਹਦੇ ਘਰ ਦੇ ਪਿਲਾਉ ਕਿਉਂਕਿ ਮੁਸਲਮ ਗਰਲ ਸੀ ਉਹਨੂੰ ਅਲਾਉ ਨਹੀਂ ਕਰਦੇ ਉਹਨਾਂ ਦੇ ਕਲਚਰ ਚ ਨਾ ਜਦਾਂ ਗਿੱਦਾ ਪੰਗੜਾ ਇਹ ਚੰਗਾ ਨਹੀਂ ਲੱਗਦਾ ਫਿਰ ਉਹ ਥੋੜ ਥੋੜ ਚੋਰੀ ਚੋਰੀ ਮੇਰੇ ਤੋਂ ਕਰਦੀ ਸੀ ਫਿਰ ਮੈਨੂੰ ਡਰੈਸ ਲੈ ਕੇ ਚੋਰ ਜਾਂ ਤੂੰ ਸਕੂਲ ਚ ਕਰ ਲੇਗਾ ਨਾਂ ਦੱਸਿਆ ਕਰ ਕਰ ਪਰ ਉਹ ਇੰਨੀ ਸ਼ਾਈਨ ਕੀਤੀ ਕਿ ਫਿਰ ਸਾਡੀ ਪ੍ਰਿੰਸੀਪਲ ਨੇ ਮੈਂ ਗੱਲ ਕੀਤੀ ਤੇ ਪ੍ਰਿੰਸੀਪਲ ਨੇ ਸਾਡੀ ਫਿਰ ਟਾਈਮਸ ਆਫ ਇੰਡੀਆ ਦੇ ਨਾਲ ਉਹ ਕਰਵਾਇਆ ਪੇਪਰ ਚ ਦਿੱਤਾ ਸਾਡੇ ਦੋਨਾਂ ਦਾ ਆਰਟੀਕਲ ਮੇਰਾ ਤੇ ਔਰੇ ਨਿਊਜ਼ ਉਹਦਾ ਨਾਂ ਔਰੇ ਨਿਊਜ਼ ਚਲੋ ਬੜੀ ਖੁਸ਼ੀ ਹੋਈ ਹੈ ਸੋਮਲਦੀਤ ਇਸੋ ਹੀ ਦੇ ਤਰ੍ਹਾਂ ਹੀ ਤੋ ਹੀ ਆਮ ਅਕਸਰ ਚੰਡੀਗੜ੍ਹ ਪੰਜਾਬੀ ਮੰਚ ਦੇ ਪਲੇਟਫਾਰਮ ਤੇ ਮੀਟਿੰਗਾਂ ਕਰਦੇ ਦੇ ਚਰਚਾ ਕਰਦੇ ਦੇ ਗੰਭੀਰ ਹੁੰਦੇ ਦੇ ਗੱਲ ਵੱਧ ਨਹੀਂ ਰਹੀ ਅੱਗੇ ਪਿੱਛੇ ਜੇ ਵੀ ਧਰਨਾ ਮਾਰਿਆ ਸਾਰਾ ਕੁਝ ਕੀਤਾ ਪਰ ਗੱਲ ਉੱਥੇ ਹੀ ਖੜੀ ਹੈ ਕਿਵੇਂ ਵੱਧੂ ਅੱਗੇ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਮਿਹਰਬਾਨੀ ਜੀ ਜਿਨ੍ਹਾਂ ਨੇ ਅੱਜ ਇਹ ਪੰਜਾਬੀ ਦੇ ਮੁੱਦੇ ਦੇ ਉੱਤੇ ਅੱਜ ਸਾਨੂੰ ਇੱਥੇ ਸੱਦਿਆ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਕਿ ਅੱਗੇ ਵੱਧਦਾ ਨਹੀਂ ਦਿਖ ਰਿਹਾ ਪਰ ਨਹੀਂ ਇਸਦੇ ਉਲਟ ਮੈਂ ਕਹਿਣਾ ਚਾਹੂੰਗਾ ਕਿ ਅੱਗੇ ਵਧ ਰਹੀ ਆ ਗੱਲ ਓਕੇ ਅੱਗੇ ਵਧ ਰਹੀ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਅਫੀਸਰ ਆਉਨੇ ਆ ਜਿਹੜੇ ਕਦੇ ਪੰਜਾਬੀ ਦੇ ਵਿੱਚ ਇੱਕ ਚਿੱਠੀ ਸਵਕਾਰ ਨਹੀਂ ਕਰਦੇ ਸੀ ਅੱਜ ਬਦਲਾ ਆਇਆ ਅੱਜ ਬਦਲਾ ਆਇਆ ਅੱਜ ਜੇ ਅਸੀਂ ਕੋਈ ਚਿੱਠੀ ਪੱਤਰ ਪੰਜਾਬੀ ਦੇ ਵਿੱਚ ਦੇਣ ਜਾਂਦੇ ਆ ਕਿਸੇ ਵੀ ਕੰਮ ਦੇ ਲਈ ਉਹ ਮਨਾ ਨਹੀਂ ਕਰ ਸਕਦੇ ਮਤਲਬ ਇਹ ਤੁਹਾਡਾ ਇੰਪੈਕਟ ਪੈ ਗਿਆ ਪ੍ਰੈਸ਼ਰ ਪੈ ਗਿਆ ਬਿਲਕੁਲ ਜੀ ਵੀ ਜੇ ਨਾ ਕੀਤੀ ਤੇ ਮਨ ਚ ਹੈਗਾ ਨਾ ਕੀਤੀ ਤੇ ਮਨ ਚ ਹੈਗਾ ਤੇ ਕਿਤੇ ਨਾ ਕਿਤੇ ਜੇ ਅਸੀਂ ਜਾਣਦੇ ਵੀ ਹਾਂ ਉਸ ਡਿਪਾਰਟਮੈਂਟ ਦੇ ਵਿੱਚ ਬੈਠੇ ਉੱਥੇ ਜੌਬ ਕਰਨ ਵਾਲੇ ਲੋਕ ਵੀ ਸਾਨੂੰ ਸ਼ਾਵਾਂਛ ਦੰਨੇ ਆ ਕਿ ਕੋਈ ਤਾਂ ਹੈ ਜਿਹੜਾ ਪੰਜਾਬੀ ਦੀ ਗੱਲ ਕਰ ਰਿਹਾ ਕੋਈ ਤਾਂ ਹੈ ਜਿੱਥੋਂ ਚਿੰਗ ਲੱਗੀ ਆ ਇਹ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਅੰਗਰੇਜ਼ੀ ਥੋਪ ਕੇ ਜਿਹੜਾ ਉਹ ਪ੍ਰੈਸ਼ਰ ਪਾਇਆ ਮਲਾਜਮਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਉਹਦੀ ਅੱਗ ਹੈਗੀ ਹੈ ਪਰ ਬੋਲ ਨਹੀਂ ਸਕਦੇ ਬਿਲਕੁਲ ਜੀ ਉਹ ਨੌਕਰੀ ਦੇ ਡਰ ਦੇ ਮਾਰੇ ਇਹ ਇਹ ਕਹਿ ਲਓ ਤੁਸੀਂ ਕਿ ਆਪਣੇ ਬੌਸ ਦੇ ਡਰ ਦੇ ਮਾਰੇ ਉਹ ਗੱਲ ਕਰ ਨਹੀਂ ਸਕਦੇ ਪਰ ਮਨਾਂ ਦੇ ਵਿੱਚ ਬਲਵਲੇ ਉਹਨਾਂ ਦੇ ਵੀ ਇਹੀ ਨੇ ਸੁਮਲ ਜੀ ਇਹ ਤੇ ਬਹੁਤ ਵੱਡਾ ਕਹਿ ਸਕਦੇ ਆ ਤਸ਼ੱਦਦ ਹੈ ਵੀ ਇੱਕ ਮਲਾਜਮ ਜੂਟੀ ਦਾ ਜਿਹੜਾ ਉਹ ਆਪਣੀ ਮਾਂ ਬੋਲੀ 'ਚ ਗੱਲ ਕਰਨੀ ਚਾਹੁੰਦਾ ਮਾਂ ਬੋਲੀ 'ਚ ਲਿਖਣਾ ਚਾਹੁੰਦਾ ਮਾਂ ਬੋਲੀ 'ਚ ਦਫਤਰੀ ਕੰਮ ਕਰਨਾ ਚਾਹੁੰਦਾ ਪਰ ਨੌਕਰੀ ਦੇ ਡਰੋਂ ਉਹ ਆਪਣੀ ਜ਼ੁਬਾਨ ਦੰਦਾਂ ਦੇ ਦੱਬ ਕੇ ਰੱਖਦੇ ਬਿਲਕੁਲ ਜੀ ਤਸ਼ੱਦਦ ਹੈ ਇਹ ਇਹ ਕਿਉਂਕਿ ਉਹਨਾਂ ਨੂੰ ਆਪਣੀ ਮਾਂ ਬੋਲੀ ਤੋਂ ਬੇਮੁਖ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਿਰਫ ਔਰ ਸਿਰਫ ਇੱਕ ਆਪਣੀ ਜੌਬ ਕਰਨ ਦੇ ਲਈ ਇੱਕ ਆਪਣੀ ਘਰ ਪਰਿਵਾਰ ਚਲਾਉਣ ਦੇ ਲਈ ਉਹ ਆਪਣੀ ਜ਼ੁਬਾਨ ਦੇ ਵਿੱਚ ਗੱਲਬਾਤ ਨਹੀਂ ਕਰ ਪਾਉਂਦੇ ਹੂੰ ਔਰ ਜਦੋਂ ਅਸੀਂ ਕਿਤੇ ਜਾਂਦੇ ਹਾਂ ਅਸੀਂ ਕਿਸੇ ਵੀ ਡਾਕਟਰ ਦੇ ਵਿੱਚ ਜਾਈਏ ਸਾਡੇ ਮੰਚ ਮੰਚ ਦੇ ਤੌਰ ਤੇ ਅਸੀਂ ਕਿਤੇ ਵੀ ਜਾਈਏ ਇਹ ਆ ਪਰਸਨਲੀ ਤੌਰ ਤੇ ਵੀ ਅਸੀਂ ਕਿਤੇ ਦਫ਼ਤਰ ਦੇ ਵਿੱਚ ਜਾਈਏ ਅਸੀਂ ਪੰਜਾਬੀ ਦੇ ਵਿੱਚ ਚਿੱਠੀ ਲਿਖਦੇ ਹਾਂ ਪੰਜਾਬੀ ਦੇ ਵਿੱਚ ਅਸੀਂ ਦੰਦੇ ਹਾਂ ਤੇ ਸਾਡੇ ਕੰਮ ਵੀ ਹੁੰਦੇ ਨੇ ਇਹ ਨਹੀਂ ਹੈ ਨਹੀਂ ਕੰਮ ਹੁੰਦੇ ਹਲੇ ਸੁਧਾਰ ਹੋਣਾ ਬਹੁਤ ਬਾਕੀ ਆ ਜਿਵੇਂ ਮੇਰੇ ਸਾਥੀ ਵੀਰ ਨੇ ਕਿਹਾ ਕਿ ਹਲੇ ਜਾਗ ਲੱਗਿਆ ਜਦੋਂ ਸਰਕਾਰਾਂ ਨੂੰ ਸਮਝ ਆ ਗਈ ਜਦੋਂ ਇਹ ਸਰਕਾਰਾਂ ਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੋ ناکਾਮੀਆਂ ਕੀਤੀਆਂ ਨਕਮੀਆਂ ਰਹੀਆਂ ਇਸ ਮੁੱਦੇ ਦੇ ਉੱਤੇ ਚੰਡੀਗੜ੍ਹ ਦੇ ਖਾਸ ਕਰ ਮੈਂ ਕਹਾਂਗਾ ਮੁੱਦੇ ਦੇ ਉੱਤੇ ਇਹ ਬਿਲਕੁਲ ਇਹਨਾਂ ਨੇ ਧਿਆਨ ਨਹੀਂ ਦਿੱਤਾ ਹੈ ਚੰਡੀਗੜ੍ਹ ਇਹਨਾਂ ਨੂੰ ਸਿਰਫ ਔਰ ਸਿਰਫ ਜਦੋਂ ਇਲੈਕਸ਼ਨ ਹੁੰਨੇ ਆ ਉਦੋਂ ਚੰਡੀਗੜ੍ਹ ਦੇਖਦਾ ਪੰਜਾਬ ਔਰ ਹਰਿਆਣੇ ਨੂੰ ਉਦੋਂ ਵੀ ਨਹੀਂ ਦੇਖਦਾ ਸੋਮਵਲ ਹੋਣਾ ਤਾਂ ਮੈਂ ਦੇਖਿਆ ਵੀ ਸਬਰ ਬਹੁਤ ਵੱਡਾ ਕਹਿੰਦੇ ਵੀ ਜਾਗ ਲੱਗ ਰਹੀ ਹੈ 1 ਨਵੰਬਰ 1966 ਤੋਂ ਤੁਹਾਡੀ ਮਾਂ ਬੋਲੀ ਤੁਹਾਡੇ ਤੋਂ ਖੋਹੀ 55ਵਾਂ ਸਾਲ ਚੱਲ ਰਿਹਾ ਪਰ ਫਿਰ ਵੀ ਕਿਹੜੀ ਪੀੜ੍ਹੀ ਤੇ ਤੁਸੀਂ ਤੁਹਾਡੇ ਬਜ਼ੁਰਗ ਜਿਹੜੇ ਨੇ ਉਹ ਨਿਕਲ ਗਏ ਅੰਗਰੇਜ਼ੀ ਦੀ ਮਾਰ ਰੇਠੀ ਮੈਨੂੰ ਸੁਖਜੀਤ ਸਿੰਘ ਸੁਖਾਏ ਦੱਸੇ ਤੁਸੀਂ ਪਿੰਡ ਹੱਲੋ ਮਾਜਰਾ ਦੇ ਸਰਪੰਚ ਵਿਰੇਜ ਦੇ ਤੁਸੀਂ ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਦੇ ਵੀ ਮੋਤਬਰ ਜੇ ਜਿਹੜੇ ਸ਼ਹਿਰ ਚ ਵਸਦਾ ਪੰਜਾਬੀ ਆਪਣੀ ਰਾਜਧਾਨੀ ਚ ਜਦੋਂ ਉਸ ਪੰਜਾਬੀ ਦੀ ਸੁਖਜੀਤ ਸਿੰਘ ਸੁਖਾ ਦੀ ਮਾਂ ਬੋਲੀ ਨੂੰ ਮਾਨਤਾ ਨਹੀਂ ਕੋਈ ਵਕਤ ਨਹੀਂ ਤੇ ਫਿਰ ਸਖਜੀਤ ਸਿੰਘ ਸੁਖਾ ਜਦੋਂ ਵਿਚਰਦਾ ਸ਼ਹਿਰ 'ਚ ਕਿੰਨਾ ਕੁ ਮਾਣ ਮਹਿਸੂਸ ਕਰਦਾ ਤੇ ਕਿੰਨਾ ਕੁ ਹੀਣਤਾ ਮਹਿਸੂਸ ਕਰਦਾ ਤਾਂ ਕਿ ਹੀਣਤਾ ਆਂਦੀ ਹੈ ਉਸ ਸਮੇਂ ਜਦੋਂ ਹੁਣ ਸਾਨੂੰ ਵੀ ਜਦੋਂ ਅਸੀਂ ਵੀ ਸੋਚਦੇ ਸੀ ਜੇ ਸਰਪੰਚੀ ਚਾਏ ਤੁਹਾਡੇ ਵਰਗੇ ਪੱਤਰਕਾਰ ਮਿਲੇ ਹੋਰ ਆਏ ਇਹਨਾਂ ਨੇ ਸਾਨੂੰ ਵੀ ਚਿੰਨ੍ਹ ਕਲਾਈ ਯਾਰ ਪੰਜਾਬੀ ਕੀ ਹੈ ਤਾਂ ਸਾਨੂੰ ਵੀ ਅਲੱਗਿਆ ਵੀ ਵਾਕਈ ਹੈ ਯਾਰ ਅਸੀਂ ਕਰਨਾ ਚਾਹੁੰਦੇ ਤਾਂ ਇਹ ਪੰਜਾਬੀ ਮੰਚ ਦੇ ਬੈਨਰ ਹੇਟ ਆਏ ਅਸੀਂ ਕੁਝ ਕਰਿਆ ਜਿਵੇਂ ਮੈਂ ਕਹਿੰਦਾ ਸਭ ਤੋਂ ਵੱਡੀ ਉਦਾਹਰਨ ਮੈਡਮ ਬੈਠੀ ਹੈ ਜੀ ਹਾਂ ਹਾਂ ਮਤਲਬ ਕਿ ਇਹ ਬਹੁਤ ਵੱਡੀ ਉਦਾਹਰਨ ਹੈ ਬਈ ਸਰਕਾਰੀ ਸਕੂਲ ਛੱਡੋ ਤੁਸੀਂ ਧਾਰਮਿਕ ਸਕੂਲ ਔਰ ਛੱਡੋ ਤੁਸੀਂ ਕਨਵੈਂਟ ਸਕੂਲਾਂ ਚ ਬੱਚੇ ਕਿੰਨਾ ਉਤਸ਼ਾਹਿਤ ਮੈਡਮ ਦੱਸ ਰਿਹਾ ਵੀ ਕਿੰਨਾ ਉਤਸ਼ਾਹਿਤ ਨੇ ਪੰਜਾਬੀ ਪੜ੍ਹਨ ਵਾਸਤੇ ਬਹੁਤ ਹੇਗਾ ਜੀ ਚਿੰਗ ਲਾਣ ਦੀ ਲੋੜ ਹੈ ਲੋਕਾਂ ਕਰਾਉਣ ਵਾਲਾ ਚਾਹੀਦਾ ਜੀ ਤੇ ਇਹੀ ਆਸ ਹੈ ਵੀ ਆਉਣ ਵਾਲੇ ਸਮੇਂ ਦੇਖਿਓ ਇਹ ਚਿੰਗ ਜਾਗੇਗੀ ਜਰੂਰ ਜਾਗੀ ਵੀ ਇਹ ਰਾਜਨੀਤਿਕ ਪਾਰਟੀਆਂ ਚ ਵੀ ਇਹ ਇਸ ਗੱਲ ਨੂੰ ਕਿਉਂਕਿ ਮੇਨ ਗੱਲ ਹੈ ਵੀ মিডিਆ ਤੇ ਰਾਜਨੀਤੀ ਹੁਣ মিডিਆ ਮੈਂ ਖੁਦ ਦੇਖਦਾ ਜੀ ਤੁਹਾਡੇ ਵਰਗੇ ਇੱਕ ਦੋ ਪੱਤਰਕਾਰ ਨੂੰ ਛੱਡ ਕੇ ਬਾਕੀ ਉਹ ਕੋਈ ਚੰਡੀਗੜ੍ਹ ਦੀ ਗੱਲ ਨੂੰ ਬਹੁਤ ਵੱਡੀ ਐਮਤ ਨਹੀਂ ਦਿੰਦੇ ਠੀਕ ਹੈ ਰਾਜਨੀਤਿਕ ਬੜੀਆਂ ਗੱਲਾਂ ਇੱਕ ਦੂਜੇ ਦੀ ਵੱਡਮੀ ਕਰਨੀ ਉਹਦੇ ਵਿਰੋਧਤਾ ਕਰਨੀ ਕਰੀ ਜਾਂਦੇ ਨੇ ਟੀਆਰਪੀਆਂ ਲਈ ਜਾਂਦੇ ਨੇ ਪਰ ਚੰਡੀਗੜ੍ਹ ਦੀ ਜਦੋਂ ਗੱਲ ਆਉਂਦੀ ਹੈ ਨਾ ਉੱਥੇ ਕੋਈ ਸਭ ਚੁੱਪ ਨੇ ਹਾਂ ਹਾਂ ਉਹ ਇਸੇ ਕਰਕੇ ਲੀਡਰ ਚੁੱਪ ਨੇ ਜਨਤਾ ਵੀ ਜਨਤਾ ਦੀ ਮਾਨਸਿਕਤਾ ਐ ਸੀ ਬਣ ਗਈ ਜਿਵੇਂ 소ਮਲ ਜੀ ਨੇ ਦੱਸਿਆ ਵੀ ਮੁਲਾਜ਼ਮ ਤੁਮਕਾ ਚਾਰੇ ਆਏ ਵੀ ਕੋਈ ਤਾਂ ਆਵੇ ਜਦੋਂ ਹੁਣ ਅਸੀਂ ਜਾਂਦੇ ਆ ਕੋਈ ਵੀ ਜਾਂਦੇ ਸਾਨੂੰ ਬੜਾ ਉਹਨਾਂ ਮਤਲਬ ਕਿ ਸ਼ਾਬਾਸ਼ ਹੀ ਦਿੰਦੇ ਹੱਲਾਸ਼ੇਰੀ ਦਿੰਦੇ ਆ ਕਰੋ ਤੁਹਾਡੇ ਨਾਲ ਚਾਹੇ ਸੀਆਈਡੀ ਦਫ਼ਤਰ ਚਾਹੇ ਪੁਲਿਸ ਮਹਿਕਮੇ ਹਾਂ ਯਾਨੀ ਉਹ ਠੀਕ ਆ ਆਪਣੀ ਡਿਊਟੀ ਵੀ ਕਰਦੇ ਆ ਪਰ ਸਾਨੂੰ ਬਹੁਤ ਤੁਸੀਂ ਪੁਲਿਸ ਮਹਿਕਮੇ ਦੀ ਗੱਲ ਕੀਤੀ ਮੈਨੂੰ ਜਿਆਦਾ ਮੈਂ ਇਹਦੇ ਬਾਰੇ ਬਹੁਤ ਲਿਖਿਆ ਪੜ੍ਹਿਆ ਜਦੋਂ ਕੰਪਿਊਟਰ ਸਿਸਟਮ ਸ਼ੁਰੂ ਹੋਇਆ ਚੰਡੀਗੜ੍ਹ ਪੁਲਿਸ ਦਾ ਤੇ ਕੰਪਿਊਟਰ ਵਿੱਚ ਸਿਰਫ ਦੋ ਲੈਂਗੁਏਜ ਜਿਹੜੀਆਂ ਨੇ ਉਹ ਪ੍ਰੋਗਰਾਮ ਚ ਉਹਨਾਂ ਨੇ ਫੀਡ ਕੀਤੀਆਂ ਇੱਕ ਅੰਗਰੇਜ਼ੀ ਇੱਕ ਹਿੰਦੀ ਜਿਹੜੇ ਸਾਡੇ ਉੱਥੇ ਪੰਜਾਬੀ ਕੋਈ ਕਨਸਟੇਬਲ ਲੱਗਾ ਕੋਈ ਹੈੱਡ ਕਨਸਟੇਬਲ ਕੋਈ ਹੌਲਦਾਰ ਇਨਸਪੈਕਟਰ ਡੀਐਸਪੀ ਜਿਹੜੇ ਨੇ ਕਿੰਨਾ ਵੱਡਾ ਜ਼ੁਲਮ ਹੈ ਜਿਨ੍ਹਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੈ ਉਸ ਕਾਨੂੰਨ ਤਹਿਤ ਕੋਈ ਮੁੰਚੀ ਹੈ ਕੋਈ ਠਾਣੇਦਾਰ ਹੈ ਕੋਈ ਐਸਐਚਓ ਹੈ ਉਹ ਪੰਜਾਬੀ ਚ ਨਾ ਤੇ ਐਫ ਆਈ ਆਰ ਦਰਜ ਕਰ ਸਕਦਾ ਨਾ ਡੀ ਡੀ ਆਰ ਦਰਜ ਕਰ ਸਕਦਾ ਨਾ ਆਪਣੇ ਅਫਸਰ ਨੂੰ ਪੰਜਾਬੀ ਚ ਲਿਖ ਦੇ ਦੇ ਸਕਦਾ ਇਹ ਗੈਰ ਕਾਨੂੰਨੀ ਕੰਮ ਨਹੀਂ ਹੈ ਹੋ ਬਿਲਕੁਲ ਹੈ ਗੈਰ ਕਾਨੂੰਨੀ ਜਦੋਂ ਆਪਾਂ ਇਹ ਚੰਡੀਗੜ੍ਹ ਚ ਜਿਹੜੀ ਅੰਗਰੇਜ਼ੀ ટોਪੀ ਗਈ ਹੈ ਜੀ ਇਹ ਹੈ ਸਭ ਤੋਂ ਵੱਡੀ ਗੈਰ ਕਾਨੂੰਨੀ ਹੈ ਜਦੋਂ ਸੰਵਿਧਾਨ ਚ ਬਾਈ ਭਾਸ਼ਾ ਨਹੀਂ ਉੱਚ ਅੰਗਰੇਜ਼ੀ ਹੈ ਨਹੀਂ ਉੱਚ ਅੰਗਰੇਜ਼ੀ ਹੀ ਨਹੀਂ ਹੈ ਇੱਕ ਸਭ ਤੋਂ ਵੱਡਾ ਗੈਰ ਕਾਨੂੰਨੀ ਹੈ ਵਿੱਚ ਸਾਰੇ ਪੂਰੇ ਦੇਸ਼ ਚ ਜਿੱਥੇ ਚਾਹੇ ਭਾਰਤ ਚ ਇੱਕ ਹੀ ਚੰਡੀਗੜ੍ਹ ਹੈ ਜਿੱਥੇ ਸਰਕਾਰੀ ਇਹ ਸਭ ਤੋਂ ਵੱਡਾ ਗੈਰ ਕਾਨੂੰਨੀ ਹੈ ਉਦੋਂ ਵੱਡ ਤੁਸੀਂ ਪੁਲਿਸ ਮੈਕਮੇ ਵੀ ਬਾਕੀ ਮੈਕਮੇ ਦੀ ਵੀ ਇਹੀ ਹਾਲ ਹੈ ਜੀ ਬਾਕੀ ਮੈਕਮੇ ਜੀ ਵੀ ਸਾਰੇ ਸਾਰੇ ਚ ਇਹੀ ਹਾਲ ਹੈ ਜੀ ਠੀਕ ਹੈ ਪੁਲਿਸ ਵਾਲੇ ਕੋਈ ਹੜਤਾਲ ਨਹੀਂ ਕਰਦੇ ਮੈਂ ਸੀਟੀਓ ਦੀ ਤੁਸੀਂ ਤਾਂ ਉਹਨਾਂ ਦੇ ਨੇੜੇ ਰਹੇ ਹੋ ਸੀਟੀਓ ਉਹਨਾਂ ਨੇ ਇੱਕ ਗੰਮ ਕੀਤਾ ਅੱਜ ਵੀ ਤੁਸੀਂ ਬੱਸਾਂ ਜਾਓਗੇ ਤਿੰਨੇ ਭਾਸ਼ਾ ਤੁਹਾਨੂੰ ਉਹਨਾਂ ਚ ਚੱਲਦੀਆਂ ਨਜ਼ਰ ਆਣਗੀਆਂ ਕਿਉਂਕਿ ਅਵੇਅਰਨੈਸ ਹੈ ਜਿੱਥੇ ਮਤਲਬ ਕਿ ਲੋਕਾਂ ਨੂੰ ਪੰਜਾਬੀ ਉੱਥੇ ਮੈਡਮ ਹਰ ਵਾਰ ਫਿਰ ਤੁਹਾਡੇ ਕਾਨਵ ਤੇ ਚੱਲਦੇ ਆ ਤੁਸੀਂ ਇਹ ਦੱਸੋ ਕਿੰਨੇ ਕੁ ਟੋਟਲ ਬੱਚੇ ਉਹ ਸਕੂਲ ਚ ਪੰਜਾਬੀ ਪੜ੍ਹਦੇ ਆ ਮਤਲਬ ਅਗੇ ਏ ਬੀ ਸੈਕਸ਼ਨ ਚ 100 100 ਮਤਲਬ ਜਿ세 6 ਤੋਂ ਲੈ ਕੇ 10 ਤੱਕ 5 600 ਬੱਚੇ ਆ ਗਏ ਹਾਂ ਮੱਚੇ ਮੇਰੇ ਕੋਲ ਬੱਚੇ ਬਹੁਤ ਮੈਨੂੰ ਬੜੀ ਖੁਸ਼ੀ ਹੁੰਦੀ ਕਈ ਵਾਰ ਕਿ ਬੱਚੇ ਆਪਣੇ ਪੇਰੈਂਟਸ ਨਾਲ ਲੜਦੇ ਹੁੰਦੇ ਆ ਕਿ ਅਸੀਂ ਪੰਜਾਬੀ ਲੈਣੀ ਆ ਪੇਰੈਂਟਸ ਕਹਿੰਦੇ ਨਹੀਂ ਲੈਣ ਲੈਣੀ ਪੇਰੈਂਟਸ ਕਹਿੰਦੇ ਨਹੀਂ ਲੈਣੀ ਪਰ ਬੱਚਾ ਕਹਿੰਦਾ ਮੈਂ ਲੈਣੀ ਆ ਇੱਕ ਬੱਚਾ ਮੇਰੇ ਕੋਲ ਆਇਆ ਸਾਊਥ ਇੰਡੀਅਨ ਜੀ ਗਰਲ ਕਿ ਮੈਮ ਇਹ ਸਾਡੇ ਘਰ ਕੋਈ ਪੰਜਾਬੀ ਨਹੀਂ ਬੋਲਦਾ ਤੇ ਮੈਂ ਤੇ ਫਿਰ ਕੀ ਹੋਇਆ ਮੈਂ ਤੇ ਹਾਂ ਨਾ ਤੁਹਾਨੂੰ ਕੋਈ ਟਿਊਸ਼ਨ ਨਹੀਂ ਰੱਖਣੀ ਕੁਝ ਨਹੀਂ ਮੈਂ ਇੱਕ WhatsApp ਗਰੁੱਪ ਬਣਾਇਆ ਅਗਰ ਕਿਸੇ ਨੂੰ ਪੰਜਾਬੀ ਚ ਕੋਈ ਚੀਜ਼ ਸਮਝ ਨਹੀਂ ਆ ਰਹੀ ਉਹ ਇਸ ਗਰੁੱਪ ਚ ਪਾਏਗਾ ਔਰ ਮੈਂ ਉਸ ਗਰੁੱਪ ਚ ਆਨਸਰ ਕਰੂੰਗੀ ਤੁਹਾਨੂੰ ਕਮਾਲ ਹੈ ਕੋਈ ਵੀ ਪੰਜਾਬੀ ਦੀ ਪ੍ਰੋਬਲਮ ਕੋਈ ਵੀ ਸਟੇਟ ਦਾ ਬੰਦਾ ਪੰਜਾਬੀ ਲੈ ਸਕਦਾ ਕਈ ਲੋਕ ਨਵੇਂ ਬੱਚੇ 7 8 ਚ ਆ ਜਾਂਦੇ ਉਹਨਾਂ ਨੇ ਕੋਈ ਮਹਾਰਾਸ਼ਟਰ ਤੋਂ ਟਰਾਂਸਫਰ ਹੋ ਕੇ ਆਇਆ ਕੋਈ ਕਿੱਥੋਂ ਆਇਆ ਹੁਣ ਵੀ ਹੈ ਇਸ ਯੂਨਿਟਸ ਦੇ ਨਾਲ ਇੱਕ ਬੱਚੇ ਨੇ ਤੇ ਉਹ ਕਹਿੰਦੀ ਹੈ ਕਿ ਸਾਨੂੰ ਆਉਂਦੀ ਨਹੀਂ ਮੈਂ ਕਹੂੰਗੀ ਨਹੀਂ ਜਿਹੜੇ ਮਈ ਤੱਕ ਤੁਸੀਂ ਫਰਸਟ ਕਰ ਲਓ ਜੋ ਕਹਿਤਾ ਹੁੰਦਾ ਹੈ ਉਹੜਾ ਐੜਾ ਸਿਹਾਰੀ ਬਿਹਾਰੀ ਕਰ ਲਓ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਤਾਬ ਤੇ ਲਿਆਉਂਗੀ ਪਹਿਲੇ ਤੁਸੀਂ ਇਹ ਮੈਂ ਕਰ ਦਿੰਦੀ ਹਾਂ ਹੋ ਜਾਂਦੇ ਬੱਚੇ ਐਸਾ ਨਹੀਂ ਪਰਸਨਲ ਥੋੜੀ ਅਟੈਂਸ਼ਨ ਦੇਣੀ ਪੈਂਦੀ ਹੈ ਪਰ ਕਈ ਵਾਰ ਕਿਸੇ ਨੂੰ ਬਰਡਨ ਲੱਗਦਾ ਹੈ ਕਿ ਮੈਂ ਇਹਦੀ ਹੈਲਪ ਕਰੂੰਗੀ ਮੈਂ ਆਪਣਾ ਟਾਈਮ ਦੂੰਗੀ ਪਰ ਮੈਨੂੰ ਉਹ ਚੀਜ਼ ਬਰਡਨ ਨਹੀਂ ਲੱਗਦੀ ਮੈਨੂੰ ਖੁਸ਼ੀ ਹੁੰਦੀ ਕਿ ਇਹ ਬੱਚਾ ਸਿੱਖਣਾ ਚਾਹੁੰਦਾ ਇੱਕ ਨਵੀਂ ਭਾਸ਼ਾ ਐਨੇ ਪਤਾ ਨਹੀਂ ਮੁੜ ਕੇ ਕਿਹੜੀ ਕੋਈ ਆਏ ਸ ਤਾਂ ਸਾਡੇ ਸਕੂਲ 'ਚ ਵੈਸੀ ਵੀ ਸਾਰੇ ਐਜੂਕੇਸ਼ਨਸ ਦੇ ਬੱਚੇ ਆ ਕੋ ਡਾਇਰੈਕਟਰ ਕੋ ਡੀਸੀ ਕੋਈ ਆਈਜੀ ਬਟ ਇਹ ਆ ਕਿ ਮੈਨੂੰ ਅੱਛਾ ਲੱਗਦਾ ਪਰ ਆਗੇ ਪਰ ਬੱਚੇ ਵੀ ਖੁਸ਼ ਆ ਮੇਰੇ ਬਹੁਤ ਪਰ ਲੱਗਦਾ ਇਹ ਹੈ ਵੀ ਉਹ ਖਿੱਚ ਦਾ ਕੇਂਦਰ ਸ਼ਾਇਦ ਮੈਡਮ ਹਰਭਾਗ ਹੀ ਹੈ ਵੀ ਉਹ ਕਿਤੇ ਪੜਨਾ ਚਾਹੁੰਦੇ ਨੇ ਵੀ ਨਹੀਂ ਮੈਨੂੰ ਅੱਛਾ ਲੱਗਦਾ ਮਤਲਬ ਇਹ ਤਾਂ ਇੱਕ ਬੰਦਾ ਜਿਹੜਾ ਆ ਕਿੰਨੀ ਵੱਡੀ ਤਬਦੀਲੀ ਲੈ ਸਕਦਾ ਜਿਹਨ ਦੇ ਰਾਣ ਰਾਖ ਤੋਂ ਬੱਚਾ ਆ ਉਹਨੂੰ ਨਾ ਹਿੰਦੀ ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਨਾ ਉਹਨੂੰ ਹਿੰਦੀ ਨਾ ਉਹਨੂੰ ਪੰਜਾਬੀ ਨਾ ਉਹਨੂੰ ਇੰਗਲਿਸ਼ ਉਹ ਮੈਨਾਂ ਨਾਲ ਪਿਕਚਰਾਂ ਬਣਾ ਬਣਾ ਕੇ ਇਸ਼ਾਰੇ ਇਸ਼ਾਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਤੇ ਮੈਂ ਵੀ ਉਹਦੇ ਨਾਲ ਬਲਾ ਇੰਟਰੈਕਸ਼ਨ ਕਰਨਾ ਤੇ ਉਹਦੀ ਮਦਦ ਨਾਲ ਇੱਕ ਲੈਟਰ ਲੈ ਕੇ ਭੇਜਿਆ ਮੈਨੂੰ ਉਹਨੇ ਇੰਗਲਿਸ਼ ਲੈਟਰ ਭੇਜਿਆ ਕਿ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਇਹ ਹੈ ਉਹ ਹੈ ਫਿਰ ਮੈਂ ਉਹ ਲੈਟਰ ਲੈ ਕੇ ਪ੍ਰਿੰਸੀਪਲ ਕੋ ਗਈ ਮੈਂ ਕਿਹਾ ਦੇਖੋ ਮੇਰੀ ਮੇਰੀ ਲੈਂਗੁਏਜ ਨਹੀਂ ਆ ਜਾਂਦਾ ਬੱਚਾ ਨਾ ਮੇਰੀ ਲੈਂਗੁਏਜ ਆਉਂਦੀ ਅਸੀਂ ਸਾਈ ਲੈਂਗੁਏਜ ਹੀ ਗੱਲਾਂ ਕਰ ਰਹੇ ਆ ओके ਮਦਰ ਕੋਈ ਪਿਆਰ ਦੀ ਗੱਲ ਮਤਲਬ ਮੈਂ ਦੇਖਿਆ ਵੀ ਮੈਨੂੰ ਇਹ ਹੀ ਲੱਗਦਾ ਅਧਿਆਪਕ ਤੇ ਰੱਬ ਦਾ ਰੂਪ ਹੈ। ਓਨਲੀ ਮੈਂ ਇਹ ਦੇਖਿਆ ਕਿ ਬੱਚਿਆਂ ਦੇ ਨਾਲ ਤੁਸੀਂ ਦੋਸਤ ਹੋ ਨਾ, ਫਰੈਂਡ ਹੋ, ਤੁਹਾਨੂੰ ਵੀ ਪਰਸਨਲ ਗੱਲਾਂ ਵੀ ਦੱਸਦੇ ਆਗੇ। ਤੋ ਸੁਣ ਲੈਂਦੇ ਆ ਫਿਰ ਉਹਨਾਂ ਦਾ ਸੋਲੂਸ਼ਨ ਵੀ ਦੇ ਦੇਣੀ ਤੇ ਬੱਚੇ ਤਾਂ ਜੁੜੀ ਜਾਂਦੇ ਆਪੇ ਹੀ ਜੁੜੀ ਜਾਂਦੇ ਆ। ਤੁਹਾਨੂੰ ਕਹਿਣਾ ਨਹੀਂ ਪੈਂਦਾ ਤੂੰ ਆ ਕਰ ਆ ਕਰ। ਫਿਰ ਦੂਜਾ ਇੱਕ ਰੀਜ਼ਨ ਹੋਰ ਵੀ ਹੈ। ਮੈਂ ਪੰਜਾਬੀ ਨੂੰ ਇੰਟਰਸਟਿੰਗ ਵੇ ਨਾਲ ਪੜਾਣੀ। ਮੈਂ ਕਦੀ ਬੋਰਿੰਗ ਵੇ ਨਾਲ ਜਦ ਹੀ ਮੈਂ ਕਲਾਸ 'ਚ ਗਈ ਨਾ ਮੈਂ ਹੱਸਦੀ ਜਾਣਾ ਬੱਚੇ ਕਹਿੰਦੇ ਕਿ ਤੁਸੀਂ ਐਬਸੈਂਟ ਹੋ ਗਏ ਸਾਨੂੰ ਲੱਗਦਾ ਕਿ ਕੋਈ ਸਬਸਟੀਟਿਊਸ਼ਨ ਪੀਰੀਅਡ ਲੈਣ ਨਾ ਆ ਜੇ ਸਾਡਾ ਕਿਉਂਕਿ ਉਹਦੇ 'ਚ ਮੈਂ ਉਹਨਾਂ ਨੂੰ ਸੁਹਾਗ ਉਹ ਤਾਂ ਆਮ ਹੋ ਗਾ ਵੀ ਟੀਚਰ ਨਹੀਂ ਆਈ ਮੌਜਾ ਮਾਰੂਗੀ ਤੁਸੀਂ ਇਹ ਦੇਖੋ ਮੈਂ ਉਹਨਾਂ ਕੋਲ ਸੁਹਾਗ ਸੁਣਦੀ ਆਂ ਹੋੜੀਆਂ ਸੁਣਦੀ ਆਂ ਉਹਨਾਂ ਕੋਲ ਟੱਪੇ ਬੋਲੀਆਂ ਗਿੱਧਾ ਸਭ ਕੁਝ ਕਰਵਾ ਰਹੀ ਐ ਇੱਥੋਂ ਤੱਕ ਕਿ ਗੁਰਦੁਆਰੇ ਅਸੀਂ ਜਾਂਦੇ ਆਂ ਸਾਡੇ ਕਨਵੈਂਟ ਸਕੂਲ ਦੇ ਬੱਚੇ ਗੁਰਦੁਆਰੇ ਫਰਸਟ ਪ੍ਰਾਈਜ਼ ਲੈ ਕੇ ਆਉਂਦੇ ਆਂ ਔਰ ਬਾਬਾ ਜੀ ਸਪੈਸ਼ਲ ਖੜੇ ਹੁੰਦੇ ਆਂ ਅੱਠ ਸੱਕਾ ਤੋਂ ਗੁਰਦੁਆਰੇ ਤਾਂ ਸਾਨੂੰ ਉਹਨਾਂ ਦੇ ਬੁਲਾਣਾ ਵਲਾਂ ਜੇ ਨਹੀਂ ਗਏ ਤਾਂ ਪੁੱਛਣ ਆ ਜਾਂਦੇ ਕਿ ਕੀ ਗੱਲ ਹੋ ਗਈ ਇਸ ਵਾਰ ਬੀਬੀ ਜੀ ਆਏ ਕਿ ਉਹਨਾਂ ਸਗਰੀ ਜੀ ਇਹਨਾਂ ਨੂੰ ਆਪਣੇ ਮੰਚ ਚ ਸ਼ਾਮਲ ਕਰੋ ਸੋਮਲ ਜੀ ਦੱਸੋ ਤੁਸੀਂ ਕਟੂਕੜ ਮੈਂ ਤੇ ਬਹੁਤ ਕਈ ਵਾਰੀ ਡਿਪਰੈਸ਼ਨ ਚ ਵੀ ਆ ਜਾਂਦਾ ਮਾਨਸਿਕ ਤੌਰ ਤੇ ਚੰਡੀਗੜ੍ਹ ਆਪਣੀ ਰਾਜਧਾਨੀ ਚ ਵਸਦੇ ਪੰਜਾਬੀ ਜਿਹੜੇ ਨੇ ਜਦੋਂ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੀ ਕੋਈ ਅਵਸਥਾ ਨਹੀਂਗੀ ਤੁਹਾਡੇ ਲੀਡਰ ਹੀ ਦੱਸਦੇ ਨੇ ਸਾਥੀ ਬਾਬਾ ਸਾਧੂ ਸਿੰਘ ਵਰਗੇ ਵੀ ਸਾਡੇ ਬੱਚਿਆਂ ਨੂੰ ਹਿੰਦੀ ਦੀਆਂ ਕਿਤਾਬਾਂ ਪੜ੍ਹ ਕੇ ਤੇ ਪੰਜਾਬੀ ਚ ਪੇਪਰ ਦੇਣੇ ਪੈਂਦੇ ਨੇ ਉਸ ਅਵਸਥਾ ਵਿੱਚ ਕਿਵੇਂ ਤੁਸੀਂ ਮਹਿਸੂਸ ਕਰਦੇ ਜੇ ਵੀ ਤੁਹਾਡੀ ਨਵੀਂ ਪੀੜ੍ਹੀ ਜਿਹੜੀ ਹੈ ਆਪਣੀ ਮਾਂ ਬੋਲੀ ਨਾਲ ਆਪਣੇ ਸੱਭਿਆਚਾਰ ਨਾਲ ਜੁੜੀ ਰਹੂਗੀ ਦੇਖੋ ਜੀ ਇਹ ਨਾ ਕਿਸੇ ਨਾ ਕਿਸੇ ਸਾਜ਼ਿਸ਼ ਦੇ ਤਹਿਤ ਇਹ ਚੰਡੀਗੜ੍ਹ ਦੇ ਵਿੱਚੋਂ ਪੰਜਾਬੀ ਨੂੰ ਖਤਮ ਕੀਤਾ ਗਿਆ ਹਾਂ ਬੱਚਿਆਂ ਨੂੰ ਕਿਤਾਬਾਂ ਨਹੀਂ ਨਾ ਦੇਣੀਆਂ ਸਿਰਫ ਔਰ ਸਿਰਫ ਜੇ ਪ੍ਰੈਸ਼ਰ ਪਾਇਆ ਜਿਵੇਂ ਤੁਸੀਂ ਬਾਬਾ ਸਾਧੂ ਸਿੰਘ ਉਹਨਾਂ ਦਾ ਨਾਂ ਲਿਆ ਹੈ ਉਹਨਾਂ ਨੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਦੇ ਉੱਤੇ ਤਾਂ 8ਵੀਂ ਤੱਕ ਕਿਤਾਬਾਂ ਛੱਬ ਗਈਆਂ ਸੀ ਉਸ ਤੋਂ ਅੱਗੇ ਕਿਤਾਬਾਂ ਨਹੀਂ ਹੈ ਪਰ ਫੇਰ ਵੀ ਜੇ ਚੰਡੀਗੜ੍ਹ ਦਾ ਸਕੂਲ ਆਪਾਂ ਸਰੰਗਪੁਰ ਦਾ ਦੇਖੀਏ ਉਹਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਬੱਚੇ ਪੜ੍ਹਦੇ ਆ ਸਰਕਾਰੀ ਸਕੂਲ ਦੇ ਵਿੱਚ ਅੱਜ ਵੀ ਪੜ੍ਹ ਰਹੇ ਆ ਕਿਉਂਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਲੀਡਰ ਆ ਜਾਂ ਸਾਡੇ ਜਿਹੜੇ ਸਾਥੀ ਆ ਜਿਹੜਾ ਪੰਜਾਬੀ ਦਾ ਦਰਦ ਰੱਖਦੇ ਆ ਉਹ ਲੱਗੇ ਹੋਏ ਆ ਉਹ ਲੱਗੇ ਹੋਏ ਆ ਔਰ ਉਮੀਦ ਆ ਸਾਨੂੰ ਇਹ ਸਾਨੂੰ ਯਕੀਨ ਆ ਉਮੀਦ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਮੰਗ ਆ ਇਹ ਸਾਡੀ ਸੰਵਿਧਾਨਿਕ ਮੰਗ ਆ ਸੱਚੀ ਮੰਗ ਆ ਹਕੀਕੀ ਮੰਗ ਆ ਸਾਡੀ ਇਹ ਅਸੀਂ ਜਰੂਰ ਚਿੰਗ ਲਾਵਾਂਗੇ ਭਾਵੇਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਥੋੜੇ ਰਹਿ ਗਏ ਪਰ ਪੰਜਾਬ ਤਾਂ ਹਲੇ ਪੂਰੇ ਦਾ ਪੂਰਾ ਪਿਆ ਹੈ ਨਾ ਜਦੋਂ ਪੰਜਾਬ ਦੇ ਵਿੱਚ ਪੰਜਾਬ ਤਾਂ ਬੋਲਦਾ ਹੀ ਨਹੀਂ ਬੋਲੂਗਾ ਇੱਕ ਨਾ ਇੱਕ ਦਿਨ ਜਰੂਰ ਬੋਲੂਗਾ ਜਦੋਂ ਪੰਜਾਬ ਸਰਕਾਰ ਤੁਹਾਡੇ ਹੱਕ ਤੇ ਬੋਲੀ ਅੱਜ ਤੱਕ ਕੋਈ ਵੀ ਸਾਡੇ ਹੱਕ ਚ ਨਹੀਂ ਬੋਲੀ ਹੈ ਅੱਜ ਤੱਕ ਕੋਈ ਵੀ ਪੰਜਾਬ ਸਰਕਾਰ ਸਾਡੇ ਹੱਕ ਚ ਨਹੀਂ ਬੋਲੀ ਹੈ ਸਿਰਫ ਇਹਨਾਂ ਨੇ ਇੱਕ ਇਲੈਕਸ਼ਨ ਦਾ ਮੁੱਦਾ ਬਣਾਇਆ ਹੋਇਆ ਸੀ ਮੈਂ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਕਈ ਵਾਰੀ ਵਾਕਿਆ ਦੱਸਿਆ ਵੀ ਜਦੋਂ 16 ਮਾਰਚ 2017 ਨੂੰ ਉਹਨਾਂ ਗਵਰਨਰ ਹਾਊਸ ਸੌਂ ਚੱਕੀ ਸੀ ਤੇ ਅੰਗਰੇਜ਼ੀ ਚ ਤੇ ਮੈਂ ਇਹ ਸਰਕਾਰ ਬਾਰੇ ਵੀ ਦੇਖਦਾ ਵੀ ਜਿਹੜੇ ਟਵੀਟ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਭਾਵੇਂ ਹੋਰ ਲੀਟਰ ਨੇ 95% ਇਹਨਾਂ ਦੇ ਮੈਸੇਜ ਜਿਹੜੇ ਨੇ ਅੰਗਰੇਜ਼ੀ ਚ ਆਉਂਦੇ ਨੇ ਸੋ ਆਸ ਹੈਗੀ ਵੀ ਕੋਈ ਸਰਕਾਰ ਜਿਹੜੀ ਹੈ ਤੁਹਾਡੇ ਵਾਂਗ ਉਹਦੇ ਮਨ ਚ ਭੰਬੜ ਮਚੂਗਾ ਸਰਕਾਰ ਨਹੀਂ ਮੈਂ ਕਹੂੰਗਾ ਜਿਹੜੇ ਇੱਥੇ ਭਗਵੰਤ ਸਿੰਘ ਮਾਨ ਨੇ 10 ਮੰਤਰੀ ਨੇ 92 ਟੋਟਲ ਵਿਧਾਇਕ ਨੇ ਪੰਜਾਬੀ ਨੇ ਜਦੋਂ ਚੰਡੀਗੜ੍ਹ ਦੀਆਂ ਸੜਕਾਂ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਘੁੰਮਦੇ ਆ ਤੇ ਉਹਨਾਂ ਦੇ ਮਨ 'ਚ ਚੀਜ਼ ਨਹੀਂ ਉੱਠਦੀ ਜਾਂ ਤੁਸੀਂ ਉਹਨਾਂ ਦੇ ਮਨ ਵਿੱਚ ਚੀਜ਼ ਠਾਉਣ ਲਈ ਕੋਈ ਪ੍ਰਯਾਲਾ ਕਰੋਗੇ ਦੇਖੋ ਅਸੀਂ ਜ਼ਰੂਰ ਪ੍ਰਯਾਲਾ ਕਰਾਂਗੇ ਆਪਾਂ ਅਸੀਂ ਮੀਟਿੰਗ ਵੀ ਕਰਾਂਗੇ ਭਗਵਾਨ ਤਮਨ ਜੀ ਦੇ ਨਾਲ ਤੇ ਉਹਨਾਂ ਨੂੰ ਦੱਸਾਂਗੇ ਵੀ ਇਹ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਉਹ ਤੇ ਖੁਦ ਕਲਾਕਾਰ ਨੇ ਪੰਜਾਬੀ ਨੂੰ ਬਹੁਤ ਪ੍ਰਸਾਰਿਆ ਉਹਨੇ ਆਪਣੇ ਸ਼ਬਦਾਂ ਰਾਹੀਂ ਨਹੀਂ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਬੋਲਣਾ ਚਾਹੁੰਦੀ ਕਿ ਇੱਥੇ ਸਾਡੇ ਸਰਦਾਰਾਂ ਦਾ ਵੀ ਬੜਾ ਵੱਡਾ ਕਸੂਰ ਹੈ ਮੈਂ ਜਿਹੜੇ ਸਕੂਲ ਚ ਕეკ ਤੋਂ ਵਾਰ ਇੰਟਰੂ ਦੇਣ ਗਈ ਮੈਨੂੰ ਉਹਨਾਂ ਕਹਤੇ ਅੰਗਰੇਜ਼ੀ ਬੋਲੀ ਨਹੀਂ ਆਂਦੀ ਤਰ ਅੰਗਲਿਸ਼ ਬੋਲੀ ਨਹੀਂ ਆਂਦੀ ਮੈਂ ਮੈਂ ਪੰਜਾਬੀ ਟੀਚਰ ਲੱਗਣਾ ਸੀ ਔਰ ਮੈਨੂੰ ਉਹਨਾਂ ਕਹਤੇ ਇੰਗਲਿਸ਼ ਮੈਂ ਉੱਥੇ ਲੱਗੀ ਜਿਹੜਾ ਕੌਨਮੈਂਟਸ ਕੋਲ ਜਿੱਤੇ ਇੰਗਲਿਸ਼ ਹੀ ਚੱਲਦੀ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬੀ ਦਾ ਮੈਂ ਉੱਥੇ ਲੱਗੀ ਔਰ ਉਹਨਾਂ ਨੇ ਮੈਨੂੰ ਇੰਨੀ ਇੱਜ਼ਤ ਮਾਨ ਦਿੱਤਾ ਔਰ ਮੇਰੇ ਆਪਣੇ ਸਕੂਲ ਮੈਂ ਹੋਰ ਮੈਂ ਸਕੂਲ ਦਾ ਨਾਂ ਨਹੀਂ ਲੈਣਾ ਚਾਹੁੰਦੀ ਗੋਦਮ ਲੈ ਵੀ ਦਿੰਨੀ ਆ ਰਹਿਣ ਦਿਓ ਹੈ ਉਹ ਸਕੂਲ ਵਾਲਿਆਂ ਨੇ ਉਹ ਸਰਦਾਰ ਸਾਰੇ ਸਰਦਾਰ ਬੈਠੇ ਉੱਤੇ ਔਰ ਮੈਨੂੰ ਕਹਿੰਦੇ ਤੂੰ ਮੈਂ ਪੰਜਾਬੀ ਟੀਚਰ ਲੱਗਣਾ ਸੀ ਉੱਥੇ ਮਤਲਬ ਇਹ ਤੈਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਇਸ ਕਰਕੇ ਤਰਪੰਜਾਬੀ ਦਾ ਟੀਚਰ ਨਹੀਂ ਰੱਖਿਆ ਔਰ ਉਹ ਤੇ ਇਹ ਦਰਦ ਦੇਖੋ ਫਿਰ ਇਹ ਕੌਣ ਕਰ ਰਿਹਾ ਸਾਡੇ ਆਪਣੇ ਹੂੰ ਕੌਣ ਕਰ ਰਿਹਾ ਮੈਨੂੰ ਲੱਗਦਾ ਸੋ ਕਾਲਡ ਉਹਨਾਂ ਨੇ ਵੀ ਸਟੇਟਸ ਜਿਹੜਾ ਅੰਗਰੇਜ਼ੀ ਨਾਲ ਬਦਲੇਗਾ ਮਤਲਬ ਇੱਕ ਬੋਧਾਪਨ ਮੈਂ ਕਹੂੰਗਾ ਇਸ ਗੱਲ ਮੈਂ ਕਹਿੰਦੀ ਉਹਨਾਂ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੁਣ ਅਗਰ ਉਹ ਦੇਖਦੇ ਹੁਣ ਮੈਨੂੰ ਉਹ ਸਕੂਲ 'ਚ ਜਿਹੜੀ ਜੋ ਰਿਸਪੈਕਟ ਹੈ ਕਿ ਉਹ ਇੰਨੇ ਖੁਸ਼ ਹੈ ਕਿ ਇਹ ਪੰਜਾਬੀ 'ਚ ਮਾਸਟਰ ਹੈ ਇਹ ਪੰਜਾਬੀ ਸਭ ਕੁਝ ਕਰਾ ਸਕਦੀ ਹੈ ਉਹ ਖੁਸ਼ੀ ਬੜੀ ਹੈ ਮੇਰੇ ਹੁਣ ਵੀ ਪ੍ਰੋਗਰਾਮ ਹੈ ਮਾਂ ਬੋਲੀ ਦੇ ਕਰਾਇਆ ਉਹ 15 16 ਅਪ੍ਰੈਲ ਨੂੰ ਮੈਂ ਕਰਾ ਕੇ ਆ Đ ਸਾਜ 3 4 ਸਾਡੇ ਪ੍ਰੋਗਰਾਮ ਵੱਡੇ ਪ੍ਰੋਗਰਾਮ ਹੁੰਦੇ ਜੋ ਸਟੇਜ ਤੇ ਹੁੰਦੇ ਆ ਪਰ ਮੈਨੂੰ ਹਜੇ ਤੱਕ ਮੇਰੇ ਕੋ ਦਰਦ ਹੈ ਉਹ ਜੋ ਮੈਂ ਸਿਆ ਮੈਨੂੰ ਕਿ ਉਹ ਅੱਖ ਚਰੋਣਾ ਆ ਜਾਂਦਾ ਕਿ ਇਹ ਗੱਲ ਕਹੀ ਉਹਨਾਂ ਨੇ ਮੈਨੂੰ ਕਿ ਤਾ ਮੈਂ ਇੰਗਲਿਸ਼ ਬੋਲਣੀ ਨਹੀਂ ਆਂਦੀ ਇੱਕ ਕਦੋਂ ਦੀ ਗੱਲ ਹੈ ਇਹ ਇੱਕ ਅਰਮਲ ਤੋਂ ਪਹਿਲੀ ਦੀ ਗੱਲ ਹੈ ਮੈਂ 99 ਜਨ ਕੀਤਾ 97 98 ਦੀ ਗੱਲ ਹੈ ਔਰ ਮੈਂ ਲੋ ਲੈ ਕੇ ਨਾ ਤਾਂ ਮੈਂ ਬਾਹਰ ਆ ਗਈ ਤੇ ਜਿਹੜੇ ਇੰਟਰਵਿਊ ਲੈਣ ਵਾਲੇ ਸੀ ਸਾਰੇ ਉਹ ਮੈਂ ਜਾਣਦੀ ਵੀ ਹਾਂ ਉਹਨਾਂ ਨੂੰ ਪੰਜਾਬੀ ਸਰ ਬਿਲਕੁਲ ਮੈਨੂੰ ਦੇ ਨਾਮ ਵੀ ਜਾਣਦੀ ਹਾਂ ਹੁਣ ਪਤਾ ਨਹੀਂ ਪੰਜਾਬੀ ਸਰ ਤੁਸੀਂ ਉਹਨਾਂ ਨਾਲ ਜਰਾ ਨਹੀਂ ਕੀਤਾ ਵੀ ਮੈਂ ਪੰਜਾਬ ਬਣਿਆ ਨਹੀਂ ਨਹੀਂ ਮੈਂ ਚੁੱਪ ਕਰਕੇ ਘਰ ਆ ਗਈ ਜਦ ਕਿ ਇਹ ਕੋਈ ਬੰਦਾ ਹੀ ਨਹੀਂ ਮਤਲਬ ਹੀ ਨਹੀਂ ਬੰਦਾ ਇੱਕ ਪੰਜਾਬੀ ਟਿਊਸ਼ਨ ਤੁਸੀਂ ਕਹਿ ਰਹੇ ਹੋ ਆਈ ਫੀਲ ਮਤਲਬ ਮੈਨੂੰ ਹੁਣ ਤੱਕ ਉਸ ਦਾ ਜਦ ਜਲੀਲ ਕਰਨ ਵਾਲੀ ਗੱਲ ਹੈ ਅੱਜ ਵੀ ਮੈਨੂੰ ਚੇਤੇ ਆ ਜਾਂਦਾ ਉਹਨੂੰ ਮੇਰਾ ਮਨ ਭੱਜ ਜਾਂਦਾ ਫਿਰ ਮੈਂ ਕਿੰਨੀ ਕਿ ਰੱਬ ਨੇ ਮੇਰੇ ਲਈ ਬਹੁਤ ਅੱਛਾ ਸੋਚਿਆ ਸੀ ਕਿ ਮੈਂ ਤੇ ਜਾਣਾ ਸੀ ਇਸ ਲਈ ਮੈਨੂੰ ਨੋ ਹੋਏ ਉੱਤੇ ਕਿ ਮੈਂ ਇੰਨੇ ਅੱچھے ਸਕੂਲ ਜਾ ਕੇ ਮੈਨੇ ਉੱਥੇ ਕਦਰ ਹੈ ਕਿੰਨਾ ਪਿਆਰ ਕਰਦੀਆਂ ਮੈਨੂੰ ਸਿਸਟਰ ਸਾਰੀਆਂ ਸਿਸਟਰਸ ਹਰ ਬਾਗ ਹਰ ਬਾਗ ਕਰਦੀਆਂ ਮੇਰੇ ਰਸਤੇ 'ਚ ਆਂਦੇ ਜਾਂਦੇ ਮੈਨੂੰ ਪੁੱਛਦੀਆਂ ਪੰਜਾਬੀ ਸਿਖਾ ਕਦੀ ਮੈਂ ਤੁਹਾਨੂੰ ਸੱਤ ਸੀਖਾ ਸਿਖਾ ਦਿੰਦੀ ਆਂਦੇ ਜਾਂਦੇ ਰਸਤੇ 'ਚ ਕੋਰੀਡੋਰ 'ਚ ਕਦੀ ਮੈਂ ਕਹਿੰਦੀ ਭਾਈ ਗੁਰਜੀ ਦਾ ਘਰ ਸਾਹਿਬ ਭਾਈ ਗੁਰਜੀ ਕੀ ਫਤਿਹ ਮਤਲਬ ਉਹ ਇੰਨੀਆਂ ਨਾਈਸ ਲੇਡੀਜ਼ ਮੈਂ ਕਿੰਨੀ ਬਹੁਤ ਹੀ ਐਕਚੁਅਲੀ ਉਹ ਗੁੱਡ ਹਿਊਮਨ ਬੀਇੰਗ ਹੈ ਐਕਚੁਅਲ 'ਚ ਜਿਹੜੇ ਸਮਝਦੇ ਉਹ ਕਹਿੰਦੇ ਤੂੰ ਆਪਣੇ ਮਾਸਟਰ ਆਪਣੇ ਸਬਜੈਕਟ ਚ ਬੱਚੇ ਤਨੂੰ ਪਿਆਰ ਕਰਦੇ ਆ ਹੈ ਉੱਥੇ ਮੇਰਾ ਤੇ ਮੇਰਾ ਤੇ ਦੇਹਲੀ ਬੜਾ ਲੱਗਦਾ ਸਕੂਲ ਚ ਮਨੂੰ ਉਹਨ ਕੁਝ ਨਾ ਮਰਜ਼ੀ ਕੰਮ ਦੇ ਦੇ ਮੈਂ ਕਦੀ ਨੋਹ ਨਹੀਂ ਕਰਦੀ ਕਿਉਂਕਿ ਮੈਨੂੰ ਅੱਛਾ ਲੱਗਦਾ ਔਰ ਕਿ ਇਹੋ ਜੇ ਮੈਂ ਅਗ ਸਕੂਲ ਚਲ ਜਾਂਦੀ ਜਿੱਥੇ ਮੈਨੂੰ ਵਧਣ ਹੀ ਨਹੀਂ ਦਿੱਤਾ ਜਾਂਦਾ ਮੈਨੂੰ ਮੈਨੂੰ ਪੂਰੀ ਆਜ਼ਾਦੀ ਆਪਣੇ ਆਪਣੇ ਸਬਜੈਕਟ ਦੀ ਮੈਂ ਕੁਝ ਵੀ ਮੈਂ ਮੇਲਾ ਕਰਾਇਆ ਇਨਾ ਵੱਡਾ ਪੰਜਾਬੀ ਦਾ ਤੁਹਾਨੂੰ ਪਤਾ ਇਨਾ ਵੱਡਾ ਕੁਰੀ ਸਟੇਜ ਤੇ ਪੰਜਾਬੀ ਪਲੇ ਹੋਇਆ ਜਿਸਪਾਲ ਪਟਿਆਲਾ ਲੈ ਕੇ ਅੱਛਾ ਫਿਰ ਹੋਰ ਸੁਣੋ ਫੈਸ਼ਨ ਸ਼ੋਅ ਕਰਾਇਆ ਸੀ ਪੰਜਾਬੀ ਦਾ ਪੰਜਾਬੀ ਪੋਸ਼ਾਕਾਂ ਦਾ ਹਾਂ ਫਿਰ ਅਸੀਂ ਇੱਕ ਕਾਕੇ ਤੋਂ ਲੈ ਕੇ ਉਹ ਇੱਕ ਗੱਭਰੂ ਤੱਕ ਦੀ ਡ्रेसेस ਫੋਰਨ ਦੇ ਪੰਜਾਬੀ ਮਤਲਬ ਇੰਨਾ ਫਿਰ ਉਸ ਤੋਂ ਬਾਅਦ ਅਸੀਂ ਲੋੜੀ ਪ੍ਰਿੰਸੀਪਲ ਐਨੀ ਖੁਸ਼ ਉਹਨੂੰ ਸਾਰਾ ਕਲਚਰ ਫਿਰ ਹਾਂ ਔਰਤਾਂ ਦਾ ਐਗਜ਼ੀਬਿਸ਼ਨ ਸਾਰੇ ਉਹ ਫੋਟੋ ਸ਼ੂਟ ਕਰਾ ਕਲੀਰੇ ਪੀਰੇ ਕਿੰਨੀ ਖੁਸ਼ੀ ਹੋ ਰਹੀ ਹੈ ਇਹਨਾਂ ਨੂੰ ਦੱਸ ਕੇ ਤੁਸੀਂ ਇਹ ਦੇਖੋ ਇਹਨਾਂ ਦੀ ਗੱਲਾਂ ਸੁਣ ਕੇ ਨਾ ਜਿੱਦਾਂ ਹੁਣ ਕੈਨੇਡਾ ਅਮਰੀਕਾ ਚ ਆਪਣੀ ਪੰਜਾਬੀ ਨੂੰ ਐਵੇਂ ਦੇ ਰਿਆ ਆਪਣੇ ਪੰਜਾਬੀ ਭੁੱਲਦੇ ਜਾ ਰਹੇ ਆ ਇਹ ਇਹ ਸੋਚਣ ਵਾਲਾ ਵਿਸ਼ਾ ਹੈ ਜੀ ਤੁਹਾਡੇ ਚੈਨਲ ਲਈ ਇੱਥੋਂ ਤੱਕ ਕਿ ਮੈਨੂੰ ਪੰਜਾਬੀਓ ਆਪਾਂ ਆ ਦੇਖੋ ਵੀ ਕਿੰਦਾ ਕਨਵਰਟ ਸਕੂਲ ਆ ਜੀ ਆਪਣੇ ਸਕੂਲ ਕਿੰਨੇ ਖੁਸ਼ੀ ਕੇ ਬਾਅਦ ਬਸਦੇ ਨੇ ਕੋਈ ਤਨਖਾਹ ਦਿੱਤਾ ਨੋਂ ਨਹੀਂ ਮਿਲਦੀ ਹੈ ਉਹ ਨਹੀਂ ਮਿਲਦੀ ਤਰਗਾਡੀ ਜਿਹੜਾ ਮਾਣ ਸਤਿਕਾਰ ਬਹੁਤ ਬਾਤ ਮੈਂ ਵੀ ਕਹਾਂ ਮੈਨੂੰ ਤੇ ਨਾ ਲੱਗਦਾ ਕਿ ਵਾਕਈ ਮੈਂ ਬਹੁਤ ਚੰਗੇ ਸਕੂਲ ਚ ਹਾਂ ਬਹੁਤ ਚੰਗੇ ਚਦੇ ਤੇ ਮੇਰੀ ਪੰਜਾਬੀ ਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ ਮੇਰੀ ਪੰਜਾਬੀ ਸਭ ਉੱਚਾ ਲੈ ਕੇ ਜਾ ਰਹੇ ਆ ਪੂਰੇ ਸਕੂਲ ਚ ਪੰਜਾਬੀ ਇਸ ਵੇਲੇ ਦੇਖੋ ਅਸੀਂ ਚਿਲਡਰਨ ਦੇ ਤੇ ਪਲੇ ਕਰਾਣੇ ਮੈਂ ਇੱਕ ਦਿਨ ਨਾ ਐਵੇਂ ਕਹਿਤਾ ਮੈਂ ਸੈਕਟਰੀ ਮੈਂ ਕਿਹਾ ਹਰ ਵਾਰੀ ਤੇ ਪੰਜਾਬੀ ਪਲੇ ਹੀ ਕਰਵਾਉਂਦੇ ਹੋ ਤੂੰ ਹੀ ਅੰਗਰੇਜ਼ੀ ਦੇ ਟੀਚਰ ਹੋ ਇੰਗਲਿਸ਼ ਨਹੀਂ ਮੈਮ ਬੱਚੇ ਪੰਜਾਬੀ ਜ਼ਿਆਦਾ ਇੰਜੋਏ ਕਰਦੇ ਆ ਦੇਖੋ ਮਹਾਲ ਬਣਾਤਾ ਹਾਂ ਹਾਂ ਤੇ ਤੁਸੀਂ ਵੇਖੋ ਮੇਰੇ ਅੱਛੇ ਜਿਹੇ ਟੀਚਰ ਈਵਨ ਪ੍ਰਿੰਸੀਪਲ ਸਾਡੀ ਕਹਿੰਦੀ ਮੈਂ ਵੀ ਪੰਜਾਬੀ ਪਲੇਅ ਜੀ ਬੈਠੂਗੀ ਅਸੀਂ ਪੰਜਾਬੀ ਪੂਰੀ ਪੰਜਾਬੀ ਦੀ ਕਲਾਸ ਲਗਾਈ ਔਰ ਬੱਚੇ ਕਹਿੰਦੇ ਕਿ ਬਹਾਨੇ ਮਾਰਦੇ ਜਿੱਦਾਂ ਮੈਂ ਪਲੇ ਵੀ ਖੁਦ ਹੀ ਲਿਖਦੀ ਆ ਜਦੋਂ ਵੀ ਸਟੇਜ ਤੇ ਕਰਵਾਉਂਦੇ ਆ ਅਸੀਂ ਓਕੇ ਹਾਂ ਬਹੁਤ ਅੱਛਾ ਲੱਗਾ ਸੁਖਜੀਤ ਸੁਖਰਤਰੀ ਬਹੁਤ ਬLESSED ਮੈਂ ਘਰ ਬਾਗੋਂ ਨਾਲ ਸੁਣਿਆ ਮੇਰਾ ਤੇ ਅੱਖਾਂ ਖੁਸ਼ੀ ਨਾਲ ਭਰ ਗਈਆਂ ਕਿਤੇ ਗਮੀ ਵੀ ਸਾਹਮਣੇ ਹੁੰਦੀ ਹੈ ਵੀ ਇਹ ਇਹ ਜਿਹੜੇ ਆਪਣਿਆਂ ਦੀ ਗੱਲ ਕੀਤੀ ਹੈ ਹਾਂ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਆਪਣਾ ਸੀ ਫਿਰ ਆਪਣਾ ਸੀ ਆਦਖਾਲ ਕੀ ਹੈ ਜੀ ਗਲਤ ਵੀ ਹੈ ਵੀ ਉਹਨਾਂ ਨੇ ਹਾਲ ਕੀ ਹੈ ਇਸੇ ਤਰ੍ਹਾਂ ਹੋਰ ਪਾਰਟੀਆਂ ਆਈਆਂ ਕਾਲੀ ਦਲ ਦੀਆਂ ਸਰਕਾਰਾਂ ਪੰਜਾਬ ਚ ਆਈਆਂ ਲੰਬੇ ਲੰਬੇ ਰਾਜ ਕੀਤੇ ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਹੋਣਾਂ ਦੇ ਬਹੁਤ ਆਸ ਹੈ ਕਿਉਂਕਿ ਜਦੋਂ ਸਟੇਜ ਤੇ ਬੋਲਦੇ ਅਸੀਂ ਭਾਵੇਂ ਇਹਨਾਂ ਦਾ ਕੋਈ ਟੋਟਕਾ ਵੀ ਹੁੰਦਾ ਸੀ ਟੋਟਕੇ 'ਚ ਬੜਾ ਕੁਝ ਹੁੰਦਾ ਸੀ ਆਸ ਕਰਦੇ ਹਾਂ ਤੁਸੀਂ ਇਦਾਂ ਦੀ ਅਪਰੋਚ ਕਰੋਗੇ ਪੰਜਾਬ ਸਰਕਾਰ ਨੂੰ ਬਿਲਕੁਲ ਜਿਵੇਂ ਹਾਂ ਸੁਮੇਲ ਜੀ ਨੇ ਦੱਸਿਆ ਜੀ ਅਸੀਂ ਕਰਾਂਗੇ ਜੀ ਹੁਣ ਅਸੀਂ ਤਾਂ ਸਾਰੀ ਪਾਰਟੀਆਂ ਨੂੰ ਘਟਨ ਫਿਰਦੇ ਆਂ ਵੀ ਆਜੋ ਤੁਸੀਂ ਹੁਣ ਜਿਵੇਂ ਵਿਲੇ ਬੈਠੇ ਹੋ ਸਾਡੇ ਕਿੱਟੂਕੜ ਚੰਡੀਗੜ੍ਹ ਨੂੰ ਇਹ ਗੱਲ ਕਰ ਲਓ ਤੁਪਕੋ ਹਮਤਮਾਨ ਤੇ ਬੜੀ ਵੱਡੀ ਆ ਹੋਣੀ ਹੈ ਅਸੀਂ ਹੇਠਾਂ ਥੱਲੇ ਬੈਠੇ ਸਾਡੇ ਨਾਲ ਥੱਲੇ ਆ ਕੇ ਬੈਠ ਜਾਓ ਪੰਜਾਬੀ ਮੰਚ ਤੇ ਕਿਉਂਕਿ ਇਹੀ ਚੰਡੀਗੜ੍ਹ ਹੈ ਇਸੇ ਨੇ ਤੁਹਾਨੂੰ ਬਚਾਉਣਾ ਹੈ ਜੇ ਤੁਸੀਂ ਆ ਸਿਰੇ ਤਾਰਤਾ ਤੁਸੀਂ ਵੀ ਤੁਹਾਡੀ ਵੀ ਅਗਲਾ ਰਾਜਨੀਤਿਕ ਕੈਰੀਅਰ ਕਿ ਕਿਹੜੇ ਪੰਜਾਬੀ ਤੁਸੀਂ ਪੰਜਾਬ ਦੇ ਰਾਜ ਕਰੋਗੇ ਸੋ ਬਹੁਤ ਬਹੁਤ ਮਨ ਤੇ ਵੱਡੀ ਆਸ ਹੈ ਜੀ ਅਸੀਂ ਮਿਲਾਂਗੇ ਪੰਜਾਬੀ ਪੰਚ ਤੇ ਉਹਨੂੰ ਕਹਾਂਗੇ ਵੀ ਹੁਣ ਜਿੱਥੇ ਤੁਹਾਡੇ ਆ ਗੱਡੀਆਂ ਰੋਜ਼ ਆ ਰਹੀਆਂ ਨੇ ਵਿਧਾਨ ਸਭਾ ਘਟੋ ਘਟ ਇਹ ਚੰਡੀਗੜ੍ਹ ਨੂੰ ਜ਼ਰੂਰ ਦੇਖੋ ਕਿਤੇ ਤੁਹਾਨੂੰ ਪੰਜਾਬੀ ਨਜ਼ਰ ਆ ਰਹੀ ਹੈ ਇੱਥੇ ਕਿਤੇ ਨਾ ਕਿਤੇ ਤੁਸੀਂ ਪੰਜਾਬੀ ਦੀ ਗੱਲ ਕਰਨੀ ਸ਼ੁਰੂ ਕਰੋ ਆਸ ਹੈ ਜੀ ਮੈਨੂੰ ਲੱਗਦਾ ਤੁਹਾਡੇ ਧਰਨਿਆਂ ਵਿੱਚ ਪੰਜਾਬੀ ਚੰਡੀਗੜ੍ਹ ਪੰਜਾਬੀ ਮੰਦਿਰ ਧਰਨਿਆਂ ਵਿੱਚ ਵਿਧਾਇਕ ਆਪ ਦੇ ਆਮ ਆਦਮੀ ਪਾਰਟੀ ਦੇ ਇੱਥੇ ਤੱਕ ਇਹ ਸਾਇਹਤ ਤੁਸੀਂ ਲੈ ਕੇ ਆਏ ਸੀ ਕੋਈ ਭਗਵੰਤ ਮਾਨ ਵੀ ਪੰਜਾਬੀ ਮੰਚ ਤੇ ਬਹੁਤ ਸਾਲ ਪਹਿਲਾਂ ਜਦੋਂ ਹਾਂਜੀ ਉਹ ਚੌਂਕਾਂ ਤੇ ਜਰੂਰ ਕੀਤੇ ਸੀ ਨਹੀਂ 17 ਚ ਤੁਸੀਂ ਲੈ ਕੇ ਆਏ ਸੀ ਅੱਜ ਵੀ ਮੈਨੂੰ ਯਾਦ ਹੈ ਉੱਥੇ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਪਵਨ ਪੰਜਾਬੀ ਦੀ ਪੰਜਾਬੀ ਬੋਲੀ ਅਸੀਂ ਪੰਜਾਬੀ ਬੋਲੀ ਦੀ ਸੇਵਾ ਨਹੀਂ ਕਰ ਰਹੇ ਸਗੋਂ ਪੰਜਾਬੀ ਬੋਲੀ ਸਾਡੀ ਸੇਵਾ ਕਰ ਰਹੀ ਹੈ ਇਹ ਮੈਨੂੰ ਅੱਜ ਵੀ ਬੋਲ ਮੈਂ ਉਦੋਂ ਅਸੀਂ ਦਰਿਆ ਵਛਾਣ ਵਾਲੇ ਹੁੰਦੇ ਸੀ ਉਦੋਂ ਤੁਸੀਂ ਲੈ ਕੇ ਆਏ ਸੀ ਮੈਨੂੰ ਅੱਜ ਇਹ ਆ ਦੇਸ ਦਾ ਮੇਰੇ ਤੇ ਮੇਰੇ ਤੇ ਜੋ ਬੜੇ ਧਿਆਨ ਚ ਮੈਨੂੰ ਯਾਦ ਮੈਨੂੰ ਤੇ ਲੱਗਦਾ ਕਿ ਸਾਡੇ ਆਪਣੇ ਸਾਡਾ ਦਰਦ ਨਹੀਂ ਸਮਝਦੇ ਹਾਂ ਹਾਂ ਦੂਜਿਆਂ ਨੇ ਦਰਦ ਸਮਝਣ ਮੈਂ ਜਾਗੀ ਸਿੰਪਲ ਕਿਹਾ ਪ੍ਰਿੰਸੀਪਲ ਮੈਂ ਸਿੱਧੀ ਜੀ ਗੱਲ ਕਿ ਮੈਂ ਕਹਿੰਦਾ ਸਾਡੀ ਮਾਂ ਬੋਲੀ ਹੈ ਬੱਚੇ ਪਿਆਰ ਕਰਦੇ ਆ ਤੇ ਇਹ ਕਰਨਾ ਚਾਹੁੰਦੇ ਕਹਿੰਦੇ ਕੋਈ ਨਹੀਂ ਮੈਂ ਰੈਡੀ ਹਾਂ ਤੂੰ ਲੈ ਲੈ ਕਲਾਸੇਸ ਪਰ ਤੂੰ ਬਰਡਰ ਲੈ ਲੇਂਗੀ ਮੈਂ 9 ਟਾਈਂ ਚ ਤੈਨੂੰ ਦੋਗੀ ਮੈਂ ਕਹ ਲੈ ਲੂੰ ਚਲੋ ਇੱਕ ਮਿੰਟ ਗੱਲ ਹੋ ਗਈ ਬੱਚੇ ਵੀ ਖੁਸ਼ ਮੈਂ ਵੀ ਖੁਸ਼ ਪਰ ਇਹ ਬਗਾਨੇ ਆ ਤੇ ਆਪਣੇ ਦੀ ਗੱਲ ਚੱਲ ਰਹੀ ਹੈ ਮੈਨੂੰ ਇੱਕ ਹੋਰ ਗੱਲ ਲੱਗਦੀ ਹੈ ਸੋਮਲ ਦੀ ਸੁਖਰੀ ਇੱਥੇ ਉਪ ਰਾਸ਼ਟਰਪਤੀ ਆਏ ਸੀ ਚੰਡੀਗੜ੍ਹ ਹੀ ਆਏ ਸੀ ਉਹਨਾਂ ਨੇ ਪੰਜਾਬ ਪੰਜਾਬੀ ਨਹੀਂ ਮਤਲਬ ਖੇਤਰੀ ਪਾਰਟੀਆਂ ਬਾਰੇ ਬਹੁਤ ਕੁਝ ਕਿਹਾ ਸੀ ਵੀ ਸਾਡੀ ਮੁੱਢਲੀ ਜ਼ਬਾਨ ਜਿਹੜੀ ਮਾਂ ਬੋਲੀ ਹੈ ਉਹਦੇ ਤੇ ਪੜਾਉਣਾ ਚਾਹੀਦਾ ਸਾਨੂੰ ਨਿਆ ਵੀ ਉਹਦੇ ਤੇ ਮਿਲਣਾ ਚਾਹੀਦਾ ਔਰ ਇੱਕ ਹੋਰ ਗੱਲ ਹੈ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਵੀ ਖੇਤਰੀ ਪਛਾਹਵਾਂ ਦੀ ਗੱਲ ਕਰਦੇ ਉਹਨਾਂ ਦੇ ਜਿਹੜੇ ਆਪਣਾ ਸਿਸਟਮ ਹੈ ਪੋਰਟਲ ਹੈ ਕਹਿ ਲਈਏ ਵੈਬ ਹੈ ਜਿੱਥੇ ਪ੍ਰੈਸੋਨਟ ਆਉਂਦੇ ਨੇ ਪੰਜਾਬੀ ਚ ਵੀ ਆਉਂਦੇ ਨੇ ਹਿੰਦੀ ਚ ਵੀ ਆਉਂਦੇ ਮੇਰੇ ਖਿਆਲ 18 ਪਛਾਵਾਂ ਚ ਸ਼ਾਇਦ ਆਉਂਦੇ ਨੇ ਇਹਦਾ ਵੀ ਹੋਇਆ ਇੰਟਰਨੈਸ਼ਨਲ ਲੈਂਗੁਏਜ ਕਿਤੇ ਲੱਗਦਾ ਵੀ ਪੰਜਾਬ ਸਰਕਾਰਾਂ ਨੇ ਪਹੁੰਚ ਨਹੀਂ ਕੀਤੀ ਹੋਰ ਇਧਰੋਂ ਜਿਹੜੇ ਚੰਡੀਗੜ੍ਹ ਦੇ ਪੰਜਾਬੀ ਨੇ ਇਧਰੋਂ ਵੀ ਪਹੁੰਚ ਹੋਈ ਨਹੀਂ ਇਹ ਪਹੁੰਚ ਕਰਨ ਦੀ ਲੋੜ ਨਹੀਂ ਕਿ ਬਿਲਕੁਲ ਲੋੜ ਹੈ ਜਿਵੇਂ ਜਿਵੇਂ ਉਹ ਗੱਲਾਂ ਉੱਥੋਂ ਆ ਰਹੀਆਂ ਨੇ ਹਮਨੇ ਹੁਣੇ ਵੀ ਉਪਰਾਸ਼ਟਪਤੀ ਨੇ ਬਿਆਨ ਦਿੱਤਾ ਹੈ ਕੇਂਦਰੀ ਭਾਸ਼ਾ ਉੱਪਰ ਹੋਣੀ ਚਾਹੀਦੀ ਇੱਥੇ ਤੱਕ ਉਹਨਾਂ ਨੇ ਕਿਹਾ ਵੀ ਇਹ ਨੀਵੀਂ ਅੰਗਰੇਜ਼ੀ ਉੱਪਰ ਹੋਣੀ ਚਾਹੀਦੀ ਇਹ ਵੀ ਗੱਲ ਉਹਨਾਂ ਨਾਲ ਕਹੀ ਹੈ ਪਰ ਜਦੋਂ ਚੰਡੀਗੜ੍ਹ ਦੀ ਗੱਲ ਆਉਂਦੀ ਹੈ ਇੱਥੇ ਦੇਖੋ ਮੈਨੂੰ ਯਾਦ ਆ ਰਿਹਾ ਸੋਮਲ ਜੀ ਬਹੁਤ ਸਾਲ ਪਹਿਲਾਂ ਬਤੌਰ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਲੇਖ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬ ਆ ਉੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਏ ਇਹ ਮੈਂ ਨਾ ਭੁੱਲ ਗਿਆ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਦੱਸੋ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਕਿਉਂ ਰੱਖੀ ਹੈ ਉਹ ਕਹਿੰਦੇ ਇਹ ਕਿਵੇਂ ਹੋ ਸਕਦੀ ਹੈ ਚੰਡੀਗੜ੍ਹ ਕਿਤੇ ਇੰਗਲੈਂਡ ਦਾ ਸ਼ਹਿਰ ਹੈ ਇਹ ਕਿਵੇਂ ਪੋਸਿਬਲ ਹੋ ਸਕਦੀ ਹੈ ਸੋ ਮੈਨੂੰ ਲੱਗਦਾ ਵੀ ਕਿਤੇ ਗੈਬ ਵੀ ਹੈਗਾ ਇਹ ਗੱਲ ਪਹੁੰਚ ਨਹੀਂ ਰਹੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਉਹ ਆਪਣੇ ਫਾਇਦੇ ਲਈ ਜਾਂ ਆਪਣੀ ਅਣਪੜਤਾ ਲਈ ਵੀ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਉਹ ਇਸ ਗੱਲ ਨੂੰ ਕਿਤੇ ਦਵਾਰ ਬੰਨ ਰਿਹਾ ਬਿਲਕੁਲ ਜੀ ਮੈਂ ਇਹ ਗੱਲ ਕਹਿਣੀ ਚਾਹੂਗਾ ਕਿ ਜਿਹੜੇ ਇੱਥੋਂ ਤੋਂ ਜਿੱਤਣ ਵਾਲੇ ਰਾਜਨੀਤਿਕ ਲੋਕ ਹ ਹ ਜਿਹੜੇ ਇੱਥੋਂ ਤੋਂ ਜਿੱਤਣ ਵਾਲੇ ਰਾਜਨੀਤਿਕ ਲੋਕਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹ ਹ ਸਿਰਫ ਔਰ ਸਿਰਫ ਆਪਣੇ ਘਰ ਪਰਨ ਤੇ ਸਵਾਹ ਹੋਰ ਕੁਛ ਨਹੀਂ ਕਰਿਆ ਹੈ ਜੇ ਉਹ ਸਹੀ ਸਮੇਂ ਦੇ ਨਾਲ ਸਹੀ ਟਾਈਮ ਦੇ ਨਾਲ ਦਿੱਲੀ ਦੇ ਬੈਠੇ ਸਖਤ ਦੇ ਬੈਠੇ ਆਪਣੇ ਆਕਾਮਾਂ ਨੂੰ ਗੱਲ ਪਹੁੰਚਾਉਂਦੇ ਤਾਂ ਬਵਸਥਾ ਹੋਰ ਹੋਣੀ ਸੀ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਹੈ ਭਾਵੇਂ ਕਿ ਹੁਣ ਚਾਹੇ ਇਸ ਵਕਤ ਮੌਜੂਦਾ ਕਿਰਨ ਖੇਰ ਉਹ ਪਿਛਲੇ ਜਦੋਂ ਦਾ ਇਲੈਕਸ਼ਨ ਹੋਇਆ ਉਹਨਾਂ ਨੇ ਆ ਕੇ ਕਦੇ ਚੰਡੀਗੜ੍ਹ ਦੀ ਸਾਰ ਨਹੀਂ ਲਈ ਹੈ ਚੋਣਾਂ 'ਚ ਵਾਅਦਾ ਕੀਤਾ ਚੋਣਾਂ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਜਿੱਤਣ ਤੋਂ ਬਾਅਦ ਇਹ ਪੰਜਾਬੀ ਇਹ ਖਜ਼ਦੇਦਾਰ ਤੇ ਲਾਗੂ ਕਰਵਾਵਾਂਗੇ ਹੂੰ ਹੂੰ ਪਰ ਇੱਕ ਲੀਡਰ ਹੂੰ ਉਹ ਤਾਂ ਪੰਜਾਬੀ ਨੇ ਕੀ ਲਾਗੂ ਕਰਾਉਣੀ ਸੀ ਉਹਨਾਂ ਨੇ ਸ਼ਹਿਰ ਦਾ ਵੀ ਸਾਰ ਨਹੀਂ ਲਈ ਮੁੜ ਕੇ ਸ਼ਹਿਰ ਦੀ ਵੀ ਸਾਰ ਨਹੀਂ ਲਈ ਸ਼ਾਇਦ ਸਥਾਨ ਤੇ ਸ਼ਹਿਰ ਸ਼ਾਇਦ ਮੇਰੇ ਪਹੁੰਚੇ ਪਹੁੰਚ ਗਿਆ ਇਹ ਹੂੰ ਹੂੰ ਇਸ ਦੇ ਨਾਲ ਹੀ ਜਿੱਥੇ ਇੱਥੇ ਦੇ ਜ਼ਿੰਮੇਵਾਰ ਹਨ ਲੀਡਰ ਉਹਨੇ ਹੀ ਜ਼ਿੰਮੇਵਾਰ ਮੈਂ ਕਹਾਂਗਾ ਪੰਜਾਬ ਦੇ ਲੀਡਰ ਉਕੇ ਪੰਜਾਬ ਦੇ ਲੀਡਰ ਵੀ ਉਨੇ ਹੀ ਜ਼ਿੰਮੇਵਾਰ ਆ ਇਹ ਚੰਡੀਗੜ੍ਹ ਵਸਦੇ ਪੰਜਾਬੀਆਂ ਤੇ ਪੇਕੇ ਪੰਜਾਬ ਨੇ ਜੇ ਪੇਕੇ ਹੀ ਨਹੀਂ ਸਪੋਰਟ ਕਰਨਗੇ ਤੇ ਬਣੂਗਾ ਕੀ ਬਿਲਕੁਲ ਅਜੀ ਬਣੂਗਾ ਕੀ ਇਸ ਕਰਕੇ ਹੁਣ ਜਿਹੜੀ ਸਰਕਾਰ ਆਈ ਆ ਉਸ ਦੇ ਵਿੱਚ ਵੀ ਮੈਂ ਦੇਖਿਆ ਪਿਛੇ ਜੇ ਮੈਂ ਗੱਲ ਵੀ ਕੀਤੀ ਸੀਗੀ ਆਪਣੇ ਇੱਥੇ ਜਿੱਤੀ ਹੋਈ ਖਰੜ ਤੋਂ ਜਿੱਤੀ ਹੋਈ ਅਨਮੋਲ ਗਦਨਮਾਨ ਜੀ 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 ਉਹਨਾਂ ਨੇ ਵੀ ਇੱਕ ਟਵੀਟ ਕੀਤਾ ਜਿਹੜਾ ਹਿੰਦੀ ਦੇ ਵਿੱਚ ਸੀ ਉਹ ਮੇਰੇ ਖਿਆਲ ਇੱਕ ਸ਼ਾਇਦ ਜਿਹੜੀ ਇਹਨਾਂ ਦਾ ਕੋਈ ਸੋਸ਼ਲ ਮੀਡੀਆ ਦਾ ਬਣਾਇਆ ਹੋਇਆ ਉਹ ਇੱਕ ਵੇ ਜਦ ਨਿਆ ਮੈਸੇਜ ਤੇ ਬਾਕੀ ਸਾਰੇ ਕਾਪੀ ਪੇਸਟ ਕਰਦੇ ਨੇ ਲੱਗਦਾ ਵੀ ਸ਼ਾਇਦ ਦਿੱਲੀ ਤੋਂ ਟਵੀਟ ਬਣ ਕੇ ਆਉਂਦਾ ਦਿੱਲੀ ਤੋਂ ਟਵੀਟ ਬਣ ਕੇ ਆਉਂਦਾ ਤੇ ਅੱਗੇ ਕਾਪੀ ਪੇਸਟ ਕਰ ਦਿੰਦੇ ਆ ਮੈਂ ਅਪੀਲ ਕਰਨੀ ਚਾਹੂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਜਿੰਨੇ ਵੀ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਕਿਸੇ ਵੀ ਪਾਰਟੀ ਦੇ ਹੋ ਸਕਦੇ ਕਿਸੇ ਵੀ ਪਾਰਟੀ ਦੇ ਹੋਣ ਉਹ ਆਪਣੀ ਕਲਮ ਦੂਜੇ ਦੇ ਹੱਥ ਚ ਨਾ ਦੋ ਆਪਣੀ ਕਲਮ ਨਾਲ ਆਪ ਲਿਖੋ ਆਪ ਲਿਖੂਗੇ ਤਾਂ ਤੁਹਾਨੂੰ ਪਤਾ ਵੀ ਲੱਗੂਗਾ ਤੁਸੀਂ ਕੀ ਲਿਖਿਆ ਆਪ ਲਿਖੂਗੇ ਤਾਂ ਤੁਹਾਨੂੰ ਪੰਜਾਬੀ ਲੋਕ ਪਿਆਰ ਵੀ ਕਰਨਗੇ ਤੇ ਚੰਡੀਗੜ੍ਹ ਤੋਂ ਅਸੀਂ ਤੁਹਾਨੂੰ ਇਹ ਜ਼ਰੂਰ ਕਹਿ ਦੇਣਾ ਚਾਹੁੰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸਥਿਤੀ ਪੰਜਾਬੀ ਦੀ ਹੁਣ ਹੋਈ ਹੋਈ ਆ ਇਸ ਵਕਤ ਹੋਈ ਹੋਈ ਆ ਏਹੀ ਸਥਿਤੀ ਮੈਂ ਕਹਾਂਗਾ ਪੰਜਾਬ ਦੇ ਵਿੱਚ ਵੀ ਆ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਪ੍ਰਾਈਵੇਟ ਸਕੂਲ ਆ ਜਿਹੜੇ ਸਕੂਲ ਨੇ ਬਿਜ਼ਨਸ ਕਰਨਾ ਮੈਂ ਸਾਫ਼ ਕਹਾਂਗਾ ਕਿ ਪ੍ਰਾਈਵੇਟ ਸਕੂਲ ਨੇ ਬਿਜ਼ਨਸ ਕਰਨਾ ਔਰ ਬਿਜ਼ਨਸਮੈਨ ਦਾ ਇੱਕ ਅਸੂਲ ਹੁੰਦਾ ਹੈ ਕਿ ਉਹਨੂੰ ਬਿਜ਼ਨਸ ਕਰਨ ਵਾਸਤੇ ਉਹਨੂੰ ਚਾਹੀਦਾ ਹੁੰਦਾ ਹੈ ਥਾਂ ਪੰਜਾਬ ਨੇ ਥਾਂ ਦਿੱਤਾ ਜੇ ਪੰਜਾਬ ਸਰਕਾਰ ਨੂੰ ਕਹੂਗੀ ਕਿ ਪੰਜਾਬੀ ਦੇ ਵਿੱਚ ਤੂੰ ਪਹਿਲੀ ਕਲਾਸ ਤੋਂ ਪੰਜਾਬੀ ਸ਼ੁਰੂ ਕਰ ਤਾਂ ਉਹ ਜ਼ਰੂਰ ਕਰਨਗੇ ਕਿਉਂਕਿ ਉਹਨਾਂ ਨੂੰ ਬੱਚੇ ਚਾਹੀਦੇ ਬਿਲਕੁਲ ਕਰਨਗੇ ਗਰੰਟੀਆਂ ਜੰਨੀਆਂ ਸਭ ਕੋ ਜਾਣਦਾ ਸੁਖਜੀਤ ਜੀ ਮੈਨੂੰ ਇੱਕ ਦੱਸੋ ਤੁਸੀਂ ਪੰਜਾਬ ਸਰਕਾਰਾਂ ਦੀ ਗੱਲ ਤੇ ਆ ਗਈ ਵੀ ਤੁਹਾਡੀਆਂ ਗੱਲਾਂ ਸੁਣਦੇ ਹੀ ਨਹੀਂ ਕਿ ਉਲਟਾ ਉਹਦੇ ਉਲਟ ਵੀ ਚੱਲ ਰਹੇ ਨੇ ਦੂਸਰੀ ਗੱਲ ਇਹ ਹੈ ਵੀ ਚੰਡੀਗੜ੍ਹ ਦੇ ਜਿਹੜੇ ਸੰਸਦ ਮੈਂਬਰ ਨੇ ਮੈਡਮ ਕਿਰਨ ਖੇਰ ਦਾ ਇਹਨਾਂ ਨੇ ਨਾਂ ਲਿਆ ਭਾਵੇਂ ਉਹ ਪਾਮਲ ਬੰਸ ਹੋ ਸਕਦੇ ਸਤਪਲ ਜੈਨਤੀ ਹੋ ਸਕਦੇ ਨੇ ਹੋਰ ਹਰਮੋਨ ਤਾਂ ਮੰਦੀ ਹੋ ਸਕਦੇ ਨੇ ਇਹ ਇਹ ਇੱਕ ਇਦਾਂ ਦਾ ਇੱਥੇ ਮਾਹੌਲ ਬਣ ਗਿਆ ਵੀ ਚੰਡੀਗੜ੍ਹ ਚ ਜਿਹੜਾ ਐਮਪੀ ਖੜਾ ਹੋਊਗਾ ਜੇ ਕਹੂਗਾ ਵੀ ਮੈਂ ਮੈਨੂੰ ਵੋਟਾਂ ਪਾਓ ਜੇ ਮੈਂ ਐਮਪੀ ਬਣ ਗਿਆ ਚੰਡੀਗੜ੍ਹ ਪੰਜਾਬ ਨੂੰ ਦਵਾਊਗਾ ਜਾਂ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥਾਂ ਤੇ ਪੰਜਾਬੀ ਦਵਾਊਗਾ ਮਹਾਲ ਇਹਦੇ ਉਲਟ ਬਣ ਗਿਆ ਵੀ ਜਿਹੜਾ ਇਹ ਗੱਲ ਕਹੂਗਾ ਲੱਗੂਗਾ ਵੀ ਇਹਨੂੰ ਤੇ ਵੋਟ ਪਾਉਣੀ ਨਹੀਂ ਤੇ ਚੰਡੀਗੜ੍ਹ ਕਢੀਸ ਕੇ ਪੰਜਾਬ ਚ ਲੈ ਜਾਊਗਾ ਜਦੋਂ ਉਹ ਸਿਆਸੀ ਲੀਡਰ ਜਿਹੜੇ ਨੇ ਜਿਨ੍ਹਾਂ ਦੀ ਆਵਾਜ਼ ਪਾਰਲੀਮੈਂਟ ਤੇ ਜਾਣੀ ਆ ਨਰਿੰਦਰ ਮੋਦੀ ਹੋਣਾ ਕੋ ਜਾਣੀ ਆ ਦਿੱਲੀ ਜਾਣੀ ਆ ਜਦੋਂ ਉਹ ਇਸ ਮਾਮਲੇ ਬਾਰੇ ਖਮੋਸ਼ ਰਹਿਣਗੇ ਤੇ ਪੰਜਾਬ ਸਰਕਾਰਾਂ ਤੁਹਾਡੀਆਂ ਜਿਹੜੀਆਂ ਵੈਸੇ ਹੀ ਅਵੇਸ ਲੀਆਂ ਨੇ ਤੇ ਫਿਰ ਕਿਵੇਂ ਵਧੂ ਗੱਲ ਲੱਗੇ ਨੇ ਆਣਗੇ ਜੀ ਦੇਖੋ ਅੱਗੇ ਹੁਣ ਮੈਂ ਹੁਣੇ ਤਾਜੀ ਜਿਹੜੇ ਐਮਸੀ ਬਣੇ ਆ ਉਹਨਾਂ ਨੇ ਜਿਹੜੀ ਸੌ ਚੱਕਣੀ ਹੈ 15 16 ਮੈਂਬਰਾਂ ਨੇ ਉਹ ਵੱਡੀ ਗੱਲ ਹੈ ਪੰਜਾਬੀ ਚੱਕਣੀ ਪੰਜਾਬੀ ਚੱਕੇ ਪੰਜਾਬੀ ਚੱਕੇ ਇਹ ਵੱਡੀ ਗੱਲ ਹੈ ਆਲਿਆ ਟੇਮੇ ਚ ਐਮਪੀ ਹੈ ਉਹਨੂੰ ਮਜਬੂਰ ਹੋਣਾ ਪਊਗਾ ਔਰ ਮੈਂ ਜਿੱਥੇ ਪੋਲਿਟਿਕਲ ਰਾਜਨੀਤਿਕ ਪਾਰਟੀਆਂ ਨੂੰ ਸੀ ਜ਼ਿੰਮੇਵਾਰ ਕਹਿ ਰਹੇ ਆ ਉੱਥੇ ਮੈਂ ਕੁਝ ਧਾਰਮਿਕ ਸੰਸਥਾਵਾਂ ਚਾਹੇ ਗੁਰਦੁਆਰਾ ਕਮੇਟੀਆਂ ਨੇ ਚਾਹੇ ਸਾਡੇ ਪ੍ਰਚਾਰਕ ਨੇ ਚਾਹੇ ਐਸਜੀਪੀਸੀ ਹੈ ਠੀਕ ਹੈ ਐਸਜੀਪੀਸੀ ਚ ਪੰਜਾਬ ਚ ਪਰ ਚੰਡੀਗੜ੍ਹ ਚ ਵੀ ਉਹਨਾਂ ਦਾ ਉਨੇ ਹੀ ਗੁਰਦੁਆਰੇ ਹੈਗੇ ਉਹਨਾਂ ਦਾ ਹ ਨੂੰ ਲੈ ਕੇ ਵੱਡੀ ਮੁਹਿੰਮ ਚਲਾ ਰਹੇ ਹਾਂ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਚ ਹੈ ਪਿਆਬੀ ਚ ਜਦੋਂ ਜਦੋਂ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਊਗੀ ਤਾਂ ਉਹ ਕਿਥੇ ਗੁਰਬਾਣੀ ਪੜ੍ਹਨਗੇ ਬਹੁਤ ਵੱਡਾ ਖਲਾਅ ਪੈਦਾ ਜਿੱਥੇ ਧਾਰਮਿਕ ਜਿੱਥੇ ਆਪਾਂ ਸੱਭਿਆਚਾਰ ਪੰਜਾਬੀ ਸੱਭਿਆਚਾਰ ਪੰਜਾਬੀ ਹੋਣ ਦੀ ਗੱਲ ਹੈ ਉੱਥੇ ਧਾਰਮਿਕ ਸਾਡਾ ਇਤਿਹਾਸ ਔਰ ਸਾਡਾ ਸਿੱਖ ਧਰਮ ਉਹਦੇ ਨਾਲ ਵੱਡਾ ਠੀਕ ਹੈ ਬੋਲੀ ਭਾਵੇਂ ਕਿਸੇ ਧਰਮ ਦੀ ਨਹੀਂ ਬੋਲੀ ਹਰੇਕੋ ਆਪਣੇ ਖਿੱਤੇ ਦੀ ਹੁੰਦੀ ਹੈ ਸਾਰੇ ਧਰਮਾਂ ਦੀ ਜਿਹੜੇ ਇੱਥੇ ਰਹਿ ਰਹੇ ਪਰ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਉੱਥੇ ਐਸਜੀਪੀਸੀ ਔਰ ਖਾਸ ਕਰ ਸਾਡੇ ਹੁਣ ਵੀ ਅੱਜ ਅਸੀਂ ਮੀਟਿੰਗ ਕਰਕੇ اٹਿਹਾਂ ਵੀ ਅਸੀਂ ਐਤਕੀ ਗੁਰਦੁਆਰੇ ਜਿੰਨੇ ਵੀ ਹਨ ਚੰਡੀਗੜ੍ਹ ਦੇ ਕਿਉਂਕਿ ਉਹ ਉਹਨਾਂ ਦਾ ਬਹੁਤ ਸਾਡੇ ਪੰਜਾਬੀ ਮੰਚ ਨੂੰ ਜਾਂ ਇੱਥੇ ਪੰਜਾਬੀ ਗੱਲ ਨੂੰ ਉਠਾਉਣ ਦਾ ਬਹੁਤ ਵੱਡੀ ਰੋਲ ਅਦਾ ਨਹੀਂ ਕਰ ਰਹੇ ਉਹ ਕਰ ਸਕਦੇ ਆ ਬਹੁਤ ਵੱਡਾ ਰੋਲ ਬਹੁਤ ਵੱਡਾ ਆਧਾਰ ਆ ਸਾਡਾ ਸੰਗਤ ਜਾਂਦੀ ਹੈ ਸੰਗ ਵੱਡਾ ਆਧਾਰ ਹੈ ਔਰ ਜਦੋਂ ਸਾਡੇ ਚਲੋ ਕਰਦੇ ਵੀ ਨੇ ਤੁਹਾਡੇ ਨਾਲ ਜੁੜੇ ਨੇ ਉਹ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਉਹਨਾਂ ਨਾਲ ਅਟੈਚ ਹੋਵਾਂਗੇ ਗੁਰਦੁਆਰਿਆਂ ਨਾਲ ਔਰ ਸਾਡੀ ਐਸਜੀਪੀਸੀ ਨਾਲ ਵੀ ਹੈਗੇ ਵੀ ਉੱਪਰ ਜਥੇਦਾਰ ਤੋਂ ਵੀ ਅਪੀਲ ਕਰਾਂਗੇ ਐਦੇ ਪ੍ਰਧਾਨ ਨੂੰ ਐਸਜੀਪੀਸੀ ਨੂੰ ਵੀ ਅਪੀਲ ਕਰਾਂਗੇ ਵੀ ਚੰਡੀਗੜ੍ਹ ਦੇ ਮੁੱਦੇ ਤੇ ਤੁਸੀਂ ਸਾਡੇ ਨਾਲ ਆਓ ਠੀਕ ਹੈ ਇਹ ਮੁੱਦਾ ਕਿਉਂਕਿ ਸਾਡੀ ਹੋਣ ਦੇ ਨਾਲ ਸਾਡੇ ਧਰਮ ਨਾਲ ਜੁੜਿਆ ਹੈ ਪੰਜਾਬੀ ਦਾ ਇੱਥੇ ਤੁਸੀਂ ਜਿਹੜੇ ਬੱਚੇ ਚ ਆ ਰਹੇ ਆ ਪੰਜਾਬੀ ਨੂੰ ਜਿਹੜੇ ਬੱਚਿਆਂ ਨੂੰ ਪੰਜਾਬੀ ਹੁਣ ਮੈਂ ਵੀ ਮੇਰੀ ਗੁੜੀਆ ਛੋਟੀ ਜੀ ਮੈਂ ਸਾਰੇ ਸਕੂਲ ਚੰਡੀਗੜ੍ਹ ਦੇ ਗਾਏ ਕਿਤੇ ਸਾਨੂੰ ਪੰਜਾਬੀ ਨਹੀਂ ਪੰਜਾਬੀ ਸਬਜੈਕਟ ਹੈਗਾ ਲੇਕਿਨ ਮਾਧਿਅਮ ਪੰਜਾਬੀ ਨਹੀਂ ਹੈ ਤੁਹਾਡੀ ਮੀਡੀਅਮ ਨਹੀਂ ਮਿਲੂਗਾ ਤੁਹਾਨੂੰ ਕਿਤੇ ਵੀ ਉਹ ਸਾਡਾ ਬੜਾ ਦੁਖਾਂਤ ਹੈ ਕਿਉਂਕਿ ਜੇ ਅਸੀਂ ਮਾਧਿਮ ਨਾ ਹੋਣ ਕਰਕੇ ਪੀੜੀ ਟੁੱਟਦੀ ਜਾ ਰਹੀ ਹੈ ਟੁੱਟਦੀ ਜਾ ਰਹੀ ਹੈ ਜੇ ਕਿਉਂਕਿ ਕਿਤਾਬਾਂ ਨਹੀਂ ਹੈ ਜੀ ਅਸੀਂ ਚਲੋ ਜ਼ੋਰ ਜ਼ਬਰਦਸਤੀ ਕਰਕੇ ਕਿਸੇ ਸਕੂਲ ਚ ਬੱਚੇ ਨੂੰ ਮਾਧਿਮ ਦਵਾ ਵੀ ਦਈਏ ਕਿਤਾਬਾਂ ਨਹੀਂ ਹੈंगी ਜੀ ਕੀ ਕਰੋਗੇ ਇਹ ਸਾਡੇ ਫਿਰ ਬੱਚੇ ਦੇ ਫਿਊਚਰ ਦਾ ਹੀ ਫਿਕਰ ਹੁੰਦਾ ਇੱਥੇ ਨਹੀਂ ਜੀ ਆਉਣ ਵਾਲੇ ਟਾਈਮ ਚ ਤੁਸੀਂ ਮੋਹਾਲੀ ਚੰਡੀਗੜ੍ਹ ਕਿਉਂਕਿ ਜਿਹੜੇ CBSE ਦੇ ਚ ਪੰਜਾਬ ਚ ਸਕੂਲ ਹੈ ਉੱਥੇ ਵੀ ਇਹੀ ਪ੍ਰੋਬਲਮ ਆ ਰਹੀ ਜਾਣੇ ਹੈ ਇਹੀ ਪ੍ਰੋਬਲਮ ਬੜਾ ਹਰਪਾਲ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਆਪਣਿਆਂ ਤੇ ਤੁਸੀਂ ਬਹੁਤ ਗਿਲਾ ਕੀਤਾ ਮਨ ਵੀ ਤੁਹਾਡਾ ਭਰਿਆ ਹਨ ਤੇ ਮੈਂ ਤਾਂ ਕਹੂੰਗਾ ਫਿਰ ਜਿਹੜੇ ਹੋਣ ਵਾਲੇ ਉਹਨਾਂ ਨੂੰ ਬਗਾਨੇ ਨਹੀਂ ਕਹਿਣਾ ਚਾਹੀਦਾ ਹੁਣ ਇਹ ਆਪਣੇ ਹੋਗੇ ਤੇ ਉਹ ਬਗਾਨੇ ਹੋਗੇ ਬਹੁਤ ਇਨਾਂ ਦੀ ਇੱਜ਼ਤ ਮਾਦੇ ਤਾਂ ਔਰ ਮੈਨੂੰ ਮੈਂ ਦੇਖਿਆ ਇਹਨਾਂ ਨੂੰ ਇਹ ਮੈਂ ਵੀ ਕੋਈ ਵੀ ਪੰਜਾਬੀ ਚ ਮੈਂ ਕੋਈ ਵੀ ਗੱਲ ਕਰਾਂ ਤੇ ਬੜੇ ਇੱਜ਼ਤਮਾਨ ਦਿੰਦੇ ਐ ਪਰ ਉਹ ਰਾਂਝ ਤੁਹਾਨੂੰ ਅੱਜ ਰਹੂਗਾ ਹਨਾ ਉਹ ਰਹੇਗਾ ਉਹ ਮੈਨੂੰ ਲੱਗਦਾ ਕਦੋਂ ਦੀ ਗੱਲ ਦੱਸੀ ਤੁਸੀਂ 19 ਇਹ 99 ਮੈਂ ਜਾਣਕੀ ਤਾਂ ਇਹ 98 ਦੀ ਗੱਲ ਹੋਣੀ ਹੈ ਪਹਿਲੇ ਮੈਂ ਉੱਥੇ ਦਿੱਤੀ ਸੀ 1998 ਦਾ ਉਹ ਉਹ ਮਨ ਤੁਹਾਡੇ ਚ orange ਹੈਗਾ ਕਦੇ ਕਦੇ ਕਿਤੇ ਆ ਜਾਂਦਾ ਉਹ ਲੋਕ ਵੀ ਉਹ ਸ਼ਕਲਾ ਵੀ ਮੈਨੂੰ ਯਾਦ ਨਾਮ ਵੀ ਯਾਦ ਅਚਾ ਤੁਸੀ 101 ਕੁੜੀ ਸੀਗੀ ਉਹਦੇ ਨਾਲ ਕੈਂਸਰ ਸੀ ਛੋਟੀ ਜੀ ਕੁੜੀ ਰੇ ਅਦਮ ਨਾਲ ਹੀ ਯਾਦ ਸਾਡੇ ਸੈਕਟਰ 9 ਚ ਐਕਾਨ ਮਿਡਨ ਦਾ ਉਹਦਾ ਘਰ ਉਹਨੂੰ ਕੈਂਸਰ ਸੀਗੀ ਤੇ ਉਹ ਅਸੀਂ ਉਹ ਸ਼ੋਅ ਕਰਾਇਆ ਰੋਏ ਬੱਚਾ ਕਿ ਮੈਂ ਨਾ ਮੈਂ ਵੀ ਗਿੱਦਾ ਪਾਉਣਾ ਪਰ ਜਦੋਂ ਉਹ ਲਿਖਦੀ ਰੋਂਦੀ ਸੀ ਚੀਕਾਂ ਮਾਰ ਮਾਰ ਕੇ ਹੱਦ ਬੈ ਕੇ ਤੂੰ ਜ਼ਰੂਰ ਪਾਏਗੀ ਫਿਰ ਮੈਨੂੰ ਸਟੇਜ ਤੇ ਦੱਸ ਜਾਓ ਤਿਆਰ ਹੋ ਕੇ ਆਈ ਦ ਪ੍ਰਿੰਸੀਪਲ ਐਨੇ ਖੁਸ਼ ਉਹਦੀ ਅੱਖਾਂ 'ਚ ਅਥਰੂ ਆ ਗਏ ਇੱਕ ਵਾਰੀ ਪ੍ਰਿੰਸੀਪਲ ਹੋ ਗਿਆ ਜੀ ਨਾ ਪੱਗੜੀਆਂ ਹੈ ਤੇ ਗਰਲ ਸਕੂਲ ਹੈ ਕਿ ਅਸੀਂ ਨਾ ਟਰਬਨ ਟਾਈ ਦਾ ਕੰਪੀਟੀਸ਼ਨ ਕਰਾਣਾ ਹੈ ਕਹਿੰਦੀ ਕਰਾ ਲਓ ਕੋਈ ਗੱਲ ਨਹੀਂ ਮੇਰੇ ਮੈਂ ਨਾ ਉਹ ਐਕਟੀਵਿਟੀ ਦੀ ਕਲਾਸ ਲੈਂਦੀ ਹੁੰਦੀ ਸੀ ਤੁਸੀਂ ਮੰਨੋ ਕੁੜੀਆਂ ਸਾਰੀਆਂ ਕਰੋ ਪੱਗਾਂ ਲੈ ਆਈਆਂ ਇੱਕ ਦੂਜੇ ਦੇ ਵੱਢਣ ਰਹੀਆਂ ਉਹ ਪ੍ਰਿੰਸੀਪਲ ਕਲਾਸ 'ਚ ਆ ਗਈ ਬੜੀ ਖੁਸ਼ ਵੀਡੀਓ ਲੈ ਰਹੀ ਬਣਾ ਰਹੀ ਕਦੀ ਅਸੀਂ ਪ੍ਰਾਂਦੀਆਂ ਬਣਾਉਣੀ ਸਿਖਾ ਦਿੰਦੇ ਹਾਂ ਮਤਲਬ ਬੜਾ ਇੰਜੋਏ ਕਰਦੇ ਹਾਂ ਅਸੀਂ ਇੰਜੋਏ ਕਰਦੇ ਕਦੀ ਸਬਜੈਕਟ ਨੂੰ ਪੜ੍ਹਦੇ ਹਾਂ ਮੈਨੂੰ ਲੱਗਦਾ ਐਂਜੋਏ ਕਰਦੇ ਕਰਦੇ ਮਾਂ ਬੋਲੀ ਦੀ ਸੇਵਾ ਕਰੀ ਜਾਂਦੇ ਪ੍ਰਸਾਰ ਕਰੀ ਜਾਂਦੇ ਤੇ ਉਹ ਚੰਡੀਗੜ੍ਹ 'ਚ ਇਹ ਜੇ ਸਾਡੇ ਬੈਠੇ ਆ ਅਧਿਆਪਕ ਬੈਠੇ ਗੁਰੂ ਬੈਠੇ ਤੇ ਮੈਨੂੰ ਇਹ ਲੱਗਦੀ ਚੰਡੀਗੜ੍ਹ ਚ ਆਣ ਵਾਲੇ ਟਾਈਮ 'ਚ ਨਹੀਂ ਮੇਰੇ ਬੱਚੇ ਨੇ ਜ਼ਰੂਰ ਕਰਨਗੇ ਅੱਜ ਦੀ ਬਹਿਸ ਜਿਹੜੀ ਹੈ ਉਹ ਮੈਂ ਸਮਝਦਾ ਬੜੀ ਲਾਭਕਾਰੀ ਹੋਊਗੀ ਕਿਉਂਕਿ ਉਹਦੇ ਵਿੱਚ ਸੁਖਜੀਤ ਸੁੱਖਾ ਹੋਣਾ ਤੇ ਗੁਰਪ੍ਰੀਤ ਸੋਮਬਲ ਹੋਣਾ ਨੇ ਜਿਹੜੀ ਇੱਕ ਗੱਲ ਕਹੀ ਹੈ ਵੀ ਭਾਵੇਂ ਪੰਜਾਬ ਸਰਕਾਰਾਂ ਤੇ ਚੰਡੀਗੜ੍ਹ ਦੇ ਜਿਹੜੇ ਸਿਆਸੀ ਲੋਕ ਨੇ ਉਹ ਆਪਣੀਆਂ ਮਜਬੂਰੀਆਂ ਕਰਕੇ ਖਮੋਸ਼ ਨੇ ਇਸ ਮੁੱਦੇ ਉੱਪਰ ਪਰ ਇਹਦੇ باوجود ਗੱਲ ਅੱਗੇ ਵੱਧ ਰਹੀ ਹੈ ਤੇ ਮੈਡਮ ਹਰਪਾਗ ਨੇ ਜਿਹੜੀ ਸ਼ਬਦ ਤੇ ਜਿਹੜੀ ਆਪਣੀ ਭਾਵਨਾ ਜ਼ाहिर ਕੀਤੀ ਦੱਸੀ ਮੈਨੂੰ ਲੱਗਦਾ ਉਹਨਾਂ ਨੂੰ ਸੁਣ ਕੇ ਜਿਹੜੇ ਪੰਜਾਬੀ ਨੇ ਉਹ ਵੀ ਹੌਸਲੇ ਵਿੱਚ ਆਉਣਗੇ ਔਰ ਖਾਸ ਕਰਕੇ ਜੇ ਸਾਰੇ ਪੰਜਾਬੀ ਦੇ ਟੀਚਰ ਇਸੇ ਭਾਵਨਾ ਨਾਲ ਸਕੂਲਾਂ ਵਿੱਚ ਕੰਮ ਕਰਨ ਤੇ ਮੈਨੂੰ ਲੱਗਦਾ ਵੀ ਪੰਜਾਬ ਦੀ ਜਾ ਚੰਡੀਗੜ੍ਹ ਦੀ ਜਿਹੜੀ ਨਵੀਂ ਪੰਜਾਬੀ ਪੀੜ੍ਹੀ ਹੈ ਉਹ ਆਪਣੀ ਮਾਂ ਬੋਲੀ ਨਾਲ ਪੂਰੀ ਤਰ੍ਹਾਂ ਜੁੜੇਗੀ